ਕਰਕੇ ਗੱਲ ਥੋੜੀ ਸਿੱਧੀ ਚਲੀ ਜਾਂਦੀ ਹੈ ਸਾਡੇ ਵਿੱਚ ਨਾ ਕੁਝ ਮੈਂ ਦੇਖਿਆ ਪਿਛਲੇ ਕੁਝ ਸਮੇਂ ਦੇ ਦੌਰਾਨ ਕਿਹਾ ਜਾਂਦਾ ਬੱਚੇ ਆ ਪਰ ਬੱਚੇ ਨਹੀਂ ਉਹ ਬਹੁਤ ਤਿੱਖੇ ਐ ਕੀ ਕਹਿੰਦੇ ਐ ਅਸੀਂ ਸਾਰੇ ਜੀ ਦੇਖੋ ਸਟੇਜ ਤੋਂ ਬਕਾਇਦਾ ਗੱਲਾਂ ਹੁੰਦੀਆਂ ਨੇ ਮੈਂ ਨਾਮ ਨਹੀਂ ਲੈ ਰਿਹਾ ਇਸ਼ਾਰਾ ਦੇ ਰਿਹਾ ਮੈਂ ਦੇਖੋ ਜੀ ਸਾਡੇ ਬੱਚੇ ਜਿਹੜੇ ਨਾਲ ਨੇ ਮਾਪੇ ਖੈ ਨਹੀਂ ਅਨਾਥ ਬੱਚੇ ਆ ਸੰਗਤ ਆਪੂ ਆਪਣਾ ਦਸਵੰਦ ਦੇਵੇ ਤੇ ਸਾਨੂੰ ਦੇਵੇ ਆਪੂ ਆਪਣਾ ਦਸਵੰਦ ਤੁਹਾਡੇ ਤੇ ਕਿਰਪਾ ਕਿ ਸਾਡੀ ਕੌਮ ਜਿਹੜੀ ਉਹ ਢੇਰਾਂ ਦੇ ਢੇਰ ਲਾ ਦਿੰਦੀ ਵੱਡੇ ਵੱਡੇ ਢੇਰ ਲਾ ਦਿੰਦੀ ਹੈ ਨਾ ਉਹ ਕਿਦੇ ਅਨਾਥ ਇੱਕ ਚੀਤੇ ਰੱਖਿਆ ਜਿਹਦੇ ਗਲ ਦੇ ਵਿੱਚ ਕਿਰਪਾਨ ਹੈ ਨਾ ਤੇ ਖੰਡੇ ਬਾਟੇ ਦੀ ਪੌਲ ਲਈ ਹੈ ਮੈਂ ਇਹ ਬਕਾਇਦਾ ਲਾਈਵ ਦੇ ਵਿੱਚ ਤੁਹਾਨੂੰ ਬੇਨਤੀ ਕਰਦਾ ਪਿਆ ਮੈਂ ਉਹ ਕਦੀ ਅਨਾਥ ਨਹੀਂ ਹੋ ਸਕਦਾ ਦੇਖੋ 나ਥ ਦੇ ਅਰਥ ਹੁੰਦੇ ਨੇ ਮਾਲਕ ਆਪਾਂ ਇਹਨੂੰ ਸੁਣਿਆ ਜੇ 나ਥ ਦੇ ਅਰਥ ਹੁੰਦੇ ਨੇ ਮਾਲਕ ਤੇ ਅਨਾਥ ਦੇ ਅਰਥ ਹੁੰਦੇ ਨੇ ਜਿਹਦਾ ਕੋਈ ਮਾਲਕ ਨਾ ਹੋਵੇ ਤੇ ਗੁਰਬਾਣੀ ਦੀ ਇੱਕ ਤੋਕ ਹੈ 나ਥ ਕਛੂ ਨਾ ਜਾਣੋ ਨਾਥ ਕਚੂ ਨਾ ਜਾਨੋ ਮਨ ਮਾਇਆ ਕਾ ਹਾਥ ਬਿਕਾਨੋ ਹੁਣ ਚੇਤੇ ਰੱਖਿਆ ਜੇ ਨਾਥ ਦੇ ਅਰਥ ਹੁੰਦੇ ਨੇ ਮਾਲਕ ਤੇ ਜਦੋਂ ਆੜਾ ਅਗੇਤਰ ਲੱਗ ਜਾਵੇ ਤੇ ਬਣ ਜਾਂਦਾ ਅਨਾਥ ਤੇ ਅਨਾਥ ਦੇ ਅਰਥ ਹੁੰਦੇ ਨੇ ਜਿਹਦਾ ਕੋਈ ਮਾਲਕ ਨਾ ਹੋਵੇ ਤੇ ਮੈਂ ਸਿੱਖਾਂ ਨੂੰ ਇਹ ਗੱਲ ਆਮ ਕਰਕੇ ਕਹਿਣਾ ਹੁੰਨਾ ਮੈਂ ਮੈਂ ਕਿਹਾ ਵੀ ਜਿਹਦੇ ਮਰ ਜਾਣ ਮਾਪੇ ਤੇ ਲੋਕੀ ਹਮਦਰਦੀ ਜਿਤਾਉਂਦੇ ਨੇ ਬੱਚੇ ਨਾਲ ਕਹਿੰਦੇ ਬੱਚਾ ਅਨਾਥ ਹੋ ਗਿਆ ਬੱਚਾ ਅਨਾਥ ਹੋ ਗਿਆ ਇਹਦੀ ਮਾਂ ਮਰ ਗਈ ਇਹਦਾ ਬਾਪ ਮਰ ਗਿਆ ਬੱਚਾ ਅਨਾਥ ਹੋ ਗਿਆ ਮੈਂ ਕਿਹਾ ਸਿੱਖ ਦੀ ਦੁਨਿਆਵੀ ਤੌਰ ਤੇ ਮਾਂ ਵੀ ਮਰ ਜਾਵੇ ਦੁਨਿਆਵੀ ਤੌਰ ਤੇ ਬਾਪ ਵੀ ਚਲਾ ਜਾਵੇ ਕਿਉਂਕਿ ਇਹ ਤੇ ਹਰ ਦੁਨੀਆਂ ਦੀ ਹਕੀਕਤ ਹੈ ਨਾ ਬਾਬਾ ਫਰੀਦ ਜੀ ਕਹਿੰਦੇ ਕਹਿੰਦੇ ਫਰੀਦਾ ਕਿੱਥੇ ਟੈਂਡੇ ਮਾਪਿਆਂ ਬਾਬਾ ਫਰੀਦ ਜੀ ਕਹਿੰਦੇ ਨੇ ਨਾ ਕੀ ਕਹਿੰਦੇ ਨੇ ਕਹਿੰਦੇ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋ ਕੇ ਤੈ ਪਸਹੁ ਕੋਈ ਲੱਧ ਗਏ ਤੂੰ ਅਜੇ ਨਾ ਪਤੀਣੋ ਕੇ ਕਹਿੰਦੇ ਮੌਤ ਕਿੱਡੀ ਬਲਵਾਨ ਐ ਮਾਂ ਨੂੰ ਵੀ ਲੈ ਗਈ ਮੌਤ ਕਿੱਡੀ ਬਲਵਾਨ ਐ ਬਾਪ ਨੂੰ ਵੀ ਲੈ ਗਈ ਹੁਣ ਚੇਤੇ ਰੱਖਿਆ ਜੇ ਮੌਤ ਨੇ ਦੁਨਿਆਵੀ ਮਾਂ ਤੇ ਬਾਪ ਨੂੰ ਤੇ ਲੈ ਜਾਣਾ ਹੁਣ ਦੁਨਿਆਵੀ ਰੂਪ ਦੇ ਵਿੱਚ ਮੇਰੀ ਮਾਂ ਵੀ ਜਾਵੇਗੀ ਦੁਨਿਆਵੀ ਰੂਪ ਦੇ ਵਿੱਚ ਮੇਰਾ ਬਾਪ ਵੀ ਜਾਵੇਗਾ ਪਰ ਜੇ ਮੈਨੂੰ ਕਹੇ ਵੀ ਤੁਸੀਂ ਮਾਪਿਆਂ ਤੋਂ ਬਾਅਦ ਅਨਾਥ ਹੋ ਜਾਵੋਗੇ ਤੇ ਮੈਂ ਦੁਨੀਆਂ ਨੂੰ ਖੱਕ ਠੋਕ ਕੇ ਗੱਲ ਕਮਾਂਗਾ ਸਿੱਖ ਕਦੀ ਅਨਾਥ ਨਹੀਂ ਹੁੰਦਾ ਜਿਹਦੀ ਪਿਓ ਗੁਰੂ ਗੋਬਿੰਦ ਸਿੰਘ ਹੋਵੇ ਜਿਹਦੀ ਮਾਂ ਮਾਤਾ ਸਹਿਬ ਕੌਰ ਹੋਵੇ ਉਹ ਦਾਵੇ ਨਾਲ ਮੈਂ ਅੱਖਨ ਨੂੰ ਤਿਆਰਾਂ ਕਦੀ ਅਨਾਥ ਨਹੀਂ ਜੀ ਹੋ ਸਕਦਾ ਤੇ ਜੇ ਸੰਗਤ ਵਿੱਚ ਆ ਕੇ ਕੋਈ ਗੱਲ ਕਵੇ ਵੀ ਅਸੀਂ ਅਨਾਥ ਆ ਤੇ ਕੀਆ ਕਰੋ ਵੀ ਤੇਰਾ ਪਿਓ ਗੁਰੂ ਗੋਬਿੰਦ ਸਿੰਘ ਨਹੀਂ ਤੇਰੀ ਮਾਂ ਮਾਤਾ ਸਹਿਬ ਕੌਰ ਨਹੀਂ ਤੇ ਜਿਹਦੀ ਮਾਂ ਮਾਤਾ ਸਹਿਬ ਕੌਰ ਹੋਵੇ ਤੇ ਪਿਓ ਗੁਰੂ ਗੋਬਿੰਦ ਸਿੰਘ ਹੋਵੇ ਤੇ ਉਹ ਸੰਗਤ ਬਚਾ ਕੇ ਗੁੰਮਰਾਹ ਕਰੇ ਤੇ ਕਹਿ ਦੇਵੇ ਮੈਂ ਅਨਾਥ ਆ ਤੇ ਕਹਿਣਾ ਪੈਗਾ ਫਿਰ ਤੂੰ ਖੰਡੇ ਬਾਟੇ ਦੀ ਪੌਲ ਨਹੀਂ ਲਈ ਹੋਣੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਤੇ ਅਨਾਥ ਮੰਨਣ ਜਿਨ੍ਹਾਂ ਦੇ ਬਾਪ ਨੂੰ ਪੱਕੀ ਪੀਆਰ ਮਿਲ ਗਈ ਹੈ ਸਮਝ ਗਏ ਨਾ ਇਸ਼ਾਰੇ ਸਮਝਿਆ ਕਰੋ ਮੇਰੇ ਹਨਾ ਜਿਨ੍ਹਾਂ ਦੇ ਬਾਪ ਨੂੰ ਪੱਕੀ ਪੀਆਰ ਮਿਲ ਗਈ ਹੈ ਵੀ ਜ਼ਿੰਦਗੀ ਭਰ ਜੇਲ੍ਹ ਦੇ ਅੰਦਰ ਉਹ ਤੇ ਆਖਣ ਵੀ ਅਸੀਂ ਅਨਾਥ ਹੋ ਗਏ ਤੇ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਸਾਡੀ ਮਾਂ ਮਾਤਾ ਸਹਿਬ ਕੌਰ ਹੈ ਅਸੀਂ ਕਦੀ ਅਨਾਥ ਹੋ ਹੀ ਨਹੀਂ ਸਕਦੇ ਆ ਕੋ ਸਤਨਾਮ ਸ੍ਰੀ ਤਵਾਹਿ ਗੁਰੂ ਹੁਣ ਚੇਤੇ ਰੱਖਿਆ ਜੇ ਉਸ ਬਾਪ ਦੀ ਗੱਲ ਛਿੜੇਗੀ ਕਦੋਂ ਛਿੜੇਗੀ ਜਦੋਂ ਬੱਚੇ ਦਾ ਜੀਵਨ ਕਿਸੇ ਸਿਖਰ ਨੂੰ ਛੋਹੇਗਾ ਨਾ ਤੇ ਲੋਕੀ ਤੁਹਾਡੇ ਜੀਵਨ ਵੱਲ ਵੇਖ ਕੇ ਪਤਾ ਕੀ ਕਹਿਣਗੇ ਕਹਿਣਗੇ ਵੀ ਜੇ ਸਿੱਖ ਦਾ ਜੀਵਨ ਇੰਨਾ ਉੱਚਾ ਹੈ ਜੇ ਸਿੱਖ ਦਾ ਜੀਵਨ ਇੰਨਾ ਸੋਚਾ ਹੈ ਤੇ ਇਹਨਾਂ ਨੂੰ ਸਿੱਖਿਆ ਦੇਣ ਵਾਲਾ ਇਹਨਾਂ ਦਾ ਬਾਪ ਕੈਸਾ ਹੋਵੇਗਾ ਅਕੂ ਸਤਨਾਮ ਸ੍ਰੀ ਵਾਹਿਗੁਰੂ ਮੈਂ ਤਾਂ ਕਹਿਣਾ ਖੁਣਾ ਸਿੱਖਾ ਫੁੱਲ ਨੂੰ ਆਪਣਾ ਪ੍ਰਚਾਰ ਆਪ ਨਹੀਂ ਕਰਨਾ ਪੈਂਦਾ ਬੋਲੋ ਭੈਣੋ ਫੁੱਲ ਨੂੰ ਆਪਣਾ ਪ੍ਰਚਾਰ ਆਪ ਕਰਨਾ ਪੈਂਦਾ ਫੁੱਲ ਆਪਣਾ ਪ੍ਰਚਾਰ ਆਪ ਨਹੀਂ ਕਰਦਾ ਉਹਦੀ ਖੁਸ਼ਬੂ ਉਹਦਾ ਪ੍ਰਚਾਰ ਹੋਇਆ ਕਰਦੀ ਹੈ ਸਖਤ ਤੈਨੂੰ ਨਾ ਬੋਲਣਾ ਪਵੇ ਤੂੰ ਕੀ ਇਹ ਤੇਰਾ ਕਿਰਦਾਰ ਬੋਲ-ਬੋਲ ਕੇ ਦੱਸੇ ਵੀ ਆ ਆ ਆਪਣੇ ਜੀਵਨ ਦੇ ਅੰਦਰ ਬੁਲੰਦੀਆਂ ਨੂੰ ਛੋਣ ਵਾਲਾ ਹੈ ਕਿ ਚੜ੍ਹਦੀ ਕਲਾ ਵਾਲਾ ਮੈਂ ਤੇ ਇੱਥੋਂ ਤੱਕ ਵੀ ਕਈ ਵਾਰੀ ਕਹਿਣਾ ਹੁੰਨਾ ਮੈਂ ਤੇ ਗੱਲ ਕਈਆਂ ਨੂੰ ਚੁਬ ਜਾਂਦੀ ਹੈ ਸਾਨੂੰ ਕੋਈ ਵੀ ਪੁੱਛੇ ਜੀ ਕੀ ਹਾਲ ਹੈ ਕੀ ਪੁੱਛਦਾ ਕਹਿੰਦਾ ਕੀ ਹਾਲ ਹੈ ਤੂੰ ਆਪਾਂ ਆਮ ਕਰਕੇ ਜਵਾਬ ਦਿੰਨੇ ਆ ਚੜ੍ਹਦੀ ਕਲਾ ਕੀ ਕਹਿੰਨੇ ਆ ਬੋਲੋ ਨਾ ਮਾੜਾ ਜੀ ਕੀ ਕਹਿੰਨੇ ਆ ਚੜ੍ਹਦੀ ਕਲਾ ਮੈਂ ਕਈ ਵਾਰੀ ਇੱਕ ਬੇਨਤੀ ਕਰਦਾ ਹੁਣਾਂ ਮੈਂ ਕਹਿੰਦਾ ਵੀ ਚੜ੍ਹਦੀ ਕਲਾ ਆਖਣ ਦੀ ਲੋੜ ਨਹੀਂ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਤੇ ਤੇਰੀ ਖਰ ਅਦਾ ਦੇ ਵਿੱਚੋਂ ਦਿਸੇ ਤੇਰੀ ਹਰ ਅਦਾ ਦੇ ਵਿੱਚੋਂ ਦਿਸੇ ਤੇਰੀਆਂ ਅੱਖਾਂ ਦੇ ਵਿੱਚੋਂ ਦਿਸੇ ਵੀ ਸਿੰਘ ਚੜ੍ਹਦੀ ਕਲਾ ਦੇ ਵਿੱਚ ਐ ਤੇਰੇ ਚਿਹਰੇ ਤੇ ਦੁੱਸੇ ਵੀ ਸਿੰਘ ਚੜ੍ਹਦੀ ਕਲਾ ਦੇ ਵਿੱਚ ਐ ਤੇਰੀ ਚਾਲ ਦੇ ਵਿੱਚੋਂ ਦਿਸੇ ਤੇਰੀ ਖਰ ਅਦਾ ਜਿਹੜੀ ਐ ਉਹ ਬਿਆਨ ਕਰੇ ਵੀ ਸਿੰਘ ਚੜ੍ਹਦੀ ਕਲਾ ਦੇ ਵਿੱਚ ਆਪਾਂ ਰੋਜ਼ ਇੱਕ ਪਵਨ ਬਚਨ ਪੜ੍ਹਦੇ ਆ ਨਾਨਕ ਭਗਤਾਂ ਸਦਾ ਵਿਕਾਸ ਇੱਕ ਵਾਰੀ ਫਿਰ ਬੋਲੋ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਉਹ ਵਿਗਾਸ ਸਾਡੇ ਚਿਹਰੇ ਦੇ ਉੱਪਰ ਹੋਵੇ ਉਹ ਰੌਣਕ ਸਾਡੇ ਚਿਹਰੇ ਦੇ ਉੱਪਰ ਹੋਵੇ ਉਹ ਖੇੜਾ ਸਾਡੇ ਚਿਹਰੇ ਦੇ ਉੱਪਰ ਹੋਵੇ ਤੇ ਪੁੱਛਣ ਦੀ ਲੋੜ ਨਾ ਪਵੇ ਵੀ ਚੜ੍ਹਦੀ ਕਲਾ ਆਪਣੇ ਆਪ ਹੀ ਦਿਸਣ ਲੱਗ ਪਈ ਵੀ ਸਿੰਘ ਚੜ੍ਹਦੀ ਕਲਾ ਦੇ ਵਿੱਚ ਆਕੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਨਾ ਉਹ ਢੈਂਦੀ ਕਲਾ ਦੇ ਵਿੱਚ ਕਦੀ ਨਹੀਂ ਹੁੰਦਾ ਉਹ ਸਦਾ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਆਕੋ ਸਤਿਨਾਮ ਸ੍ਰੀ ਵਾਹਿਗੁਰੂ ਚਲੋ ਮੈਂ ਤੁਹਾਨੂੰ ਇੱਕ ਉਦਾਹਰਨ ਲੱਗਾ ਮੈਂ ਦੇਣ ਔਰ ਬੜੇ ਪਿਆਰ ਦੇ ਵਿੱਚ ਸੁਣਿਆ ਜੇ ਵੀਰੋ ਤੁਸੀਂ ਸਾਰੇ ਜਾਣਦੇ ਹੋ ਕੁਝ ਸੋਸ਼ਲ ਵਰਕ ਸਾਡੇ ਹੁੰਦੇ ਨੇ ਜਿੱਥੇ ਸਾਨੂੰ ਜਾਣਾ ਪੈਂਦਾ ਆਮ ਕਰਕੇ ਤੁਸੀਂ ਮੀਡੀਆ ਦੇ ਰਾਹੀਂ ਵਿਖਦੇ ਹੋ ਕਿਸਾਨਾਂ ਦੇ ਮੁੱਦੇ ਵੀ ਮੈਂ ਚੁੱਕ ਲੈਣਾ ਮੈਂ ਉਹ ਭਾਵੇਂ ਸਾਡੀ ਕੌਮ ਦੇ ਵਿੱਚ ਕੋਈ ਗਲਤ ਕਹੇ ਮੈਂ ਉਹ ਵੀ ਮੁੱਦੇ ਚੱਕ ਲੈਣਾ ਮੈਂ ਹੁਣ ਮੁੱਦੇ ਤੇ ਲੈਣੇ ਪੈਂਦੇ ਅੱਜ ਰਸਤੇ ਦੇ ਵਿੱਚ ਆਉਂਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਖੋਣ ਲੱਗਾ ਮੈਂ ਇੱਕ ਕੌਲ ਆਈ ਕਹਿੰਦਾ ਵੀਰ ਜੀ ਮੈਂ ਕਿਹਾ ਹਾਂਜੀ ਕਹਿੰਦਾ ਕੋਈ ਪ੍ਰਚਾਰਕ ਬੀਬੀ ਐ ਉਹਨੇ ਸਰਸੇ ਵਾਲੇ ਸਾਧ ਦੀ ਤੁਲਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨਾਲ ਕੀਤੀ ਐ ਮੈਂ ਤੁਹਾਨੂੰ ਵੀਡੀਓ ਦਾ ਲਿੰਕ ਭੇਜਿਆ ਹੈ ਕਿਰਪਾ ਕਰਕੇ ਸੁਣਿਆ ਜੇ ਮੈਂ ਲਿੰਕ ਦੇਖ ਲਿਆ ਅ ਜੇ ਮੈਂ ਸੁਣਿਆ ਨਹੀਂ ਮੈਂ ਕਹਾਂ ਜੀ ਕਥਾ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਦਾ ਮੈਂ ਉਹ ਵੀ ਤੇ ਜਵਾਬ ਪ੍ਰਚਾਰਕਾਂ ਨੂੰ ਦੇਣੇ ਪੈਣੇ ਆ ਨਾ ਹੈਨਾ ਪਰ ਇੱਕ ਮੈਂ ਅਰਧ ਗਜ਼ਾਰਾਂ ਕਦੀ ਕਿਸੇ ਪ੍ਰਚਾਰਕ ਦੀ ਕਥਾ ਤੇ ਸੁਣ ਲੈਂਦੇ ਉਹ ਕਦੀ ਇਹ ਨਹੀਂ ਪੁੱਛਿਆ ਵੀ ਘਰ ਅਪੜ ਗਿਆ ਕਿ ਨਹੀਂ ਅਪੜਿਆ ਇਹ ਸੱਚ ਹੈ ਨਾ ਜੀ ਹੈਨਾ ਹੁਣ ਜੇ ਜਵਾਬ ਦੇਣੇ ਨੇ ਤੇ ਤੁਹਾਨੂੰ ਰਿਸਕ ਵੀ ਲੈਣੇ ਪੈਣਗੇ ਜੇ ਜਵਾਬ ਦੇਣੇ ਨੇ ਨਾ ਤੇ ਤੁਹਾਨੂੰ ਰਿਸਕ ਵੀ ਲੈਣੇ ਪੈਣਗੇ ਮੈਂ ਚੜ੍ਹਦੀ ਕਲਾ ਦੇ ਉੱਪਰ ਇੱਕ ਬੇਨਤੀ ਲਗਾਵਾ ਕਰਨਾ ਪੰਜਾਬ ਦੇ ਵਿੱਚ ਨਾ ਮਾਨਸੇ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਵਾਪਰੀ ਮਾਨਸੇ ਦੇ ਇੱਕ ਕਿਸਾਨ ਸੀ ਖੁਦਕਸ਼ੀ ਕਰ ਗਿਆ ਸਮਝਦੇ ਹੋ ਨਾ ਸੁਸਾਈਡ ਕਰ ਜਾਣਾ ਖੁਦਕਸ਼ੀ ਕਰ ਜਾਣਾ ਆਤਮਦਾਹ ਕਰ ਲੈਣਾ ਉਹ ਖੁਦਕਸ਼ੀ ਕਰ ਗਿਆ ਮੈਨੂੰ ਪਰਿਵਾਰ ਨੇ ਸਿਰਫ ਇਹ ਕਿਹਾ ਵੀ ਤੁਸੀਂ ਮਰਗ ਭੋਗ ਤੇ ਕਥਾ ਕਰਨੀ ਹੈ ਮੈਨੂੰ ਨਹੀਂ ਸੀ ਪਤਾ ਡੈਥ ਕਿਵੇਂ ਹੋਈ ਹੈ ਜਦੋਂ ਮੈਂ ਅਪੜਿਆ ਤੇ ਮੈਂ ਉਹ ਸਾਰੇ ਹਰੀਆਂ ਹਰੀਆਂ ਦਸਤਾਰਾਂ ਵੇਖੀਆਂ ਤੇ ਹਰੀਆਂ ਦਸਤਾਰਾਂ ਆਮ ਕਰਕੇ ਜਿਹੜੀ ਕਿਸਾਨ ਯੂਨੀਅਨ ਹੈ ਇਹਨਾਂ ਨਾਲ ਜੁੜੇ ਹੋਏ ਲੋਕਾਂ ਦੇ ਸਿਰ ਦੇ ਉੱਪਰ ਮੈਂ ਕਿਹਾ ਵੀ ਕੋਈ ਮਾਮਲਾ ਜਾਂ ਤੇ ਕਿਸਾਨਾਂ ਨਾਲ ਜੁੜਿਆ ਕੋਈ ਹੈ ਅੰਦਾਜ਼ਾ ਲਾਇਆ ਨਾ ਥੋੜਾ ਜਿਹਾ ਵੀ ਜਾਂ ਤੇ ਕਿਸਾਨਾਂ ਨਾਲ ਹੈ ਜਾਂ ਇੱਕ ਕਿਸਾਨ ਸਭਾ ਦਾ ਕਿਸੇ ਦਾ ਪ੍ਰਧਾਨ ਹੋਵੇਗਾ ਮੈਂ ਬੜੇ ਪਿਆਰ ਨਾਲ ਪਰਿਵਾਰ ਨੂੰ ਪੁੱਛਿਆ ਮੈਂ ਕਿਹਾ ਜੀ ਬਜ਼ੁਰਗਾਂ ਦੀ ਡੈਥ ਕਿਵੇਂ ਹੋਈ ਹੈ ਜਾਣਕਾਰੀ ਕਹਿੰਦੇ ਜੀ ਇਹਨਾਂ ਨੇ ਥੋੜਾ ਜਿਹਾ ਦਿਲ ਤੇ ਗੱਲ ਲਾ ਲਈ ਮੈਂ ਕਿਹਾ ਕਿਹੜੀ ਦਿਲ ਤੇ ਗੱਲ ਲਾ ਲਈ ਕਹਿੰਦੇ 4 ਲੱਖ ਦਾ ਘਾਟਾ ਪੈ ਗਿਆ ਸੀ ਜਿਹਦੇ ਕਰਕੇ ਇਹਨਾਂ ਨੇ ਗੱਲ ਦੇ ਵਿੱਚ ਰਸਾ ਪਾ ਕੇ ਫਾਹਾ ਲੈ ਲਿਆ ਹੈ ਨਾ ਸਮਝ ਗਏ ਨਾ ਫਾਂਸੀ ਕਹਿੰਦੇ ਗੱਲ ਦੇ ਵਿੱਚ ਰੱਸਾ ਪਾ ਕੇ ਇਹਨਾਂ ਨੇ ਫਾਹਾ ਲੈ ਲਿਆ ਤੇ ਮੈਂ ਇੱਕ ਸਵਾਲ ਉਹਨਾਂ ਦੇ ਉੱਪਰ ਕੀਤਾ ਸੀ ਮੈਂ ਕਿਹਾ ਜਦੋਂ ਇਹਨਾਂ ਨੇ ਗੱਲ ਦੇ ਵਿੱਚ ਰੱਸਾ ਪਾ ਕੇ ਫਾਹਾ ਲੈ ਲਿਆ ਤੇ ਜਿਹੜੇ ਆੜਤੀਆਂ ਦਾ ਕਰਦਾ ਇਹਨਾਂ ਦੇ ਸਿਰ ਦੇ ਉੱਪਰ ਸੀ ਉਹਨਾਂ ਨੇ ਮaaf ਕਰਤਾ ਕਹਿੰਦੇ ਨਾ ਜੀ ਮੈਂ ਕਿਹਾ ਵੀ ਜਿਹੜਾ ਬੈਂਕ ਦਾ ਕਰਦਾ ਇਹਨਾਂ ਦੇ ਸਿਰ ਦੇ ਉੱਪਰ ਸੀ ਉਹ ਉਹਨਾਂ ਨੇ ਮaaf ਕਰਤਾ ਕਹਿੰਦੇ ਨਾ ਜੀ ਮੈਂ ਕਿਹਾ ਫਿਰ ਕੱਲਾ ਨਹੀਂ ਮਰਿਆ ਇਹਨੇ ਆਪਣਾ ਟੱਬਰ ਵੀ ਮਾਰ ਤੇ ਆ ਅਕੂ ਸਤਨਾਮ ਸ੍ਰੀ ਬਾਹਰ ਕਰੋ ਇੱਕ ਚੇਤਾ ਰੱਖਿਆ ਜੇ ਪਰਿਵਾਰ ਦੇ ਵਿੱਚ ਬਹਿ ਕੇ ਇਹ ਗੱਲ ਕਹਿਣੀ ਬੜੀ ਔਖੀ ਹੁੰਦੀ ਹੈ ਤੁਹਾਡੇ ਵਿੱਚ ਕਹਿਣੀ ਔਖੀ ਨਹੀਂ ਹੈ ਪਰ ਉਸ ਪਰਿਵਾਰ ਦੇ ਵਿੱਚ ਬਹਿ ਕੇ ਕਹਿਣੀ ਬੜੀ ਔਖੀ ਹੁੰਦੀ ਹੈ ਪਤਾ ਹੀ ਨਹੀਂ ਪਰਿਵਾਰ ਦੇ ਕਿਹੜੇ ਜੀ ਨੇ ਤੁਹਾਡੀ ਪੱਗ ਨੂੰ ਪੈ ਜਾਣਾ ਹੁੰਦਾ ਇਹ ਹਕੀਕਤ ਹੈ ਹੁਣ ਜਦੋਂ ਮੈਂ ਗੱਲ ਕਹੀ ਉਹਨਾਂ ਨੂੰ ਥੋੜੀ ਉਪਰ ਹੀ ਲੱਗੀ ਤੇ ਮੈਂ ਉੱਥੇ ਭੈਣੋ ਇੱਕ ਵਿਚਾਰ ਦਿੱਤੇ ਸੀ ਤੁਸੀਂ ਵੀ ਸੁਣਿਆ ਜੇ ਚੜ੍ਹਦੀ ਕਲਾ ਦੇ ਨਾ ਕਿ ਭੀ ਜਿਸ ਗੁਰੂ ਗੋਬਿੰਦ ਸਿੰਘ ਦੇ ਆਪਣੇ ਆਪ ਨੂੰ ਪੁੱਤਰ ਅਖਮਾਉਨੇ ਆ ਨਾ ਸਾਡੇ ਤਾਂ ਚ 4 ਲੱਖ ਦਾ ਗਾਟਾ ਪੈ ਜਵੇ 4 ਲੱਖ ਦਾ ਸਾਨੂੰ ਕਿਸੇ ਬਿਜ਼ਨਸ ਦੇ ਵਿੱਚ ਘਾਟਾ ਪੈ ਜਵੇ ਨਾ ਤੇ ਬੰਦਾ ਕਹਿੰਦਾ ਹਾਏ ਹੁਣ ਮੈਂ ਜ਼ਿੰਦਗੀ ਕਿਵੇਂ ਜੀਵਾਂਗਾ ਮੈਂ ਮਰ ਜਾਵਾਂਗਾ ਮੈਂ ਆ ਦਵਾਈ ਪੀ ਲਵਾਂਗਾ ਮੈਂ ਗਲ ਦੇ ਵਿੱਚ ਰੱਸਾ ਮੈਂ ਆ ਕਰ ਲਵਾਂਗਾ 4 ਲੱਖ ਦਾ ਘਾਟਾ ਪੈ ਜਵੇ ਲੋਕੀ ਮੌਤ ਨੂੰ ਗੜ ਲਾ ਲੈਂਦੇ ਨੇ ਤੇ ਮੈਂ ਕਹਾਂ ਜਿਹਦੇ ਪੁੱਤਰੋਂ ਨਾ ਉਹ ਚਾਰ ਪੁੱਤ ਵਾਰ ਕੇ ਵੀ ਚੜ੍ਹਦੀ ਕਲਾ ਦੇ ਵਿੱਚ ਸੀ ਆ ਕੋ ਸਤਨਾਮ ਸ੍ਰੀ ਮੈਂ ਕਹਾਂ ਚਾਰ ਪੁੱਤਰ ਵਾਰ ਕੇ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਚੜਦੀ ਕਲਾ ਕੱਲੀ ਏ ਥੋੜਾ ਵੀ ਤੁਸੀਂ ਗੱਡੀ ਲੈ ਲਈ ਤੇ ਕਿਸੇ ਨੇ ਪੁੱਛਿਆ ਗੱਡੀ ਕਿੰਨੇ ਦੀ ਲਈ ਏ ਕਹਿੰਦਾ 20 ਲੱਖ ਦੀ ਗੱਡੀ ਲਈ ਏ ਚੜਦੀ ਕਲਾ ਕੱਲਾ ਇਹ ਚੜਦੀ ਕਲਾ ਨਹੀਂ ਜੇ ਤੇਰੇ ਕੋਲ ਕੁਝ ਵੀ ਨਾ ਹੋਵੇ ਇੱਥੋਂ ਤੱਕ ਵੀ ਤੇਰੇ ਕੋਲ ਭਾਵੇਂ ਖਾਣ ਦੀ ਰੋਟੀ ਵੀ ਨਾ ਹੋਵੇ ਤਾਂ ਵੀ ਕਹੀਂ ਵੀ ਸਿੰਗ ਅੱਜ ਵੀ ਚੜਦੀ ਕਲਾ ਦੇ ਵਿੱਚ ਚੜਦੀ ਕਲਾ ਦਾ ਪਤਾ ਤਾਂ ਇੱਥੋਂ ਲੱਗਣਾ ਹੈ ਇੱਥੋਂ ਲੱਗੇਗਾ ਪਤਾ ਚੜਦੀ ਕਲਾ ਦਾ ਹੁਣ ਜਿਵੇਂ ਤੁਸੀਂ ਆਮ ਕਰਕੇ ਦੇਖੋ ਤੁਸੀਂ ਗੱਡੀ ਲੈਂਦੀ ਹੋ ਭੈਣੋ ਚੜਦੀ ਕਲਾ ਦੀ ਉਦਾਹਰਨ ਦੇ ਰਿਹਾ ਮਾਂ ਤੁਸੀਂ ਲੈਂਦੀ ਹੋ ਗੱਡੀ ਤੇ ਗੱਡੀ ਲੈ ਕੇ ਪਤਾ ਕੀ ਕਰਦੇ ਹੋ ਗੱਡੀ ਦੇ ਪਿਛਲੇ ਪਾਸੇ ਵੱਡਾ ਸਾਰਾ ਇੱਕ ਗੁਰਬਾਣੀ ਦੀ ਤੁਕ ਲਿਖਾ ਲੈਨੇ ਆ ਇਹ ਪੇ ਦਾਤ ਤੇਰੀ ਦਾਤਾਰ ਜੇ ਕੋਠੀ ਲੈਨੇ ਆ ਤੇ ਪਤਾ ਕੀ ਲਿਖਾ ਦਿੰਨੇ ਆ ਵੱਡਾ ਸਾਰਾ ਇਹ ਪੇ ਦਾਤ ਤੇਰੀ ਦਾਤਾਰ ਇੱਕ ਅੱਲਾ ਕੋਠੀਆਂ ਤੇ ਥੋੜਾ ਕਹਿਣਾ ਸੀ ਵੀ ਕੋਠੀ ਮਿਲ ਗਈ ਤੇ ਕਹਤਾ ਇਹ ਪੇ ਦਾਤ ਤੇਰੀ ਦਾਤਾਰ ਗੱਡੀ ਮਿਲ ਗਈ ਤੇ ਕਹਤਾ ਇਹ ਪੇ ਦਾਤ ਤੇਰੀ ਦਾਤਾਰ ਬਾਪੂ ਕਹਿੰਦੇ ਇੱਥੇ ਨਹੀਂ ਪੁੱਛਿਆ ਬਾਪੂ ਜੀ ਕਦੋਂ ਕਹਿਣਾ ਬਾਪੂ ਜੀ ਕਹਿੰਦੇ ਕਿਤਿਆਂ ਦੁੱਖ ਭੁੱਖ ਸਦਮਾਰ ਜਦੋਂ ਤੈਨੂੰ ਦੁੱਖ ਤੇ ਭੁੱਖ ਦੀ ਮਾਰ ਵੱਜੇ ਉਦੋਂ ਵੀ ਡੋਲੀ ਨਾ ਉਦੋਂ ਵੀ ਕਹੀਂ ਇਹ ਪੇਦਾਤ ਤੇਰੀ ਦਾਤਾਰ ਚੜ੍ਹਦੀ ਕਲਾ ਦਾ ਪਤਾ ਤੇ ਇੱਥੋਂ ਲੱਗਦਾ ਹੁਣ ਦੇਖੋ ਵੀ ਤੁਹਾਡੇ ਘਰ ਦੇ ਵਿੱਚ ਚਾਰ ਦਾਣੇ ਨੇ ਤੁਸੀਂ ਆਪੇ ਕਹਣਾ ਮੈਂ ਚੜ੍ਹਦੀ ਕਲਾ ਦੇ ਵਿੱਚਾਂ ਮੈਂ ਕਹਿੰਦਾ ਤੇ ਖਾਣ ਨੂੰ ਰੋਟੀ ਨਾ ਹੋਵੇ ਉਦੋਂ ਕੋਈ ਚੜ੍ਹਦੀ ਕਲਾ ਦੇ ਵਿੱਚ ਹੋਵੇ ਤੇ ਮੈਂ ਕਹਾਂ ਆਹ ਹੁੰਦੀ ਹੈ ਅਸਲ ਚੜ੍ਹਦੀ ਕਲਾ ਕੋ ਸਤਨਾਮ ਸ੍ਰੀ ਬਾਹ ਗੁਰੂ ਚੜ੍ਹਦੀ ਕਲਾ ਕਿੱਥੇ ਕਿੱਥੇ ਹੈ ਇਹ ਥੋੜਾ ਵਿਚਾਰ ਲੱਖ ਦਾ ਮੈਨੂੰ ਫਾਇਦਾ ਹੋ ਗਿਆ ਮੈਂ ਕਹਿੰਦਾ ਜੀ ਚੜ੍ਹਦੀ ਕਲਾ ਤੇ ਮੈਨੂੰ ਕਿਸੇ ਬਿਜ਼ਨਸ ਵਿੱਚ 4 ਲੱਖ ਦਾ ਘਾਟਾ ਪੈ ਗਿਆ ਮੈਂ ਕਹਾਂ ਜੀ ਮੈਂ ਬਹੁਤ ਢੈਂਦੀ ਕਲਾ ਨਾ 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 ਉਦੋਂ ਵੀ ਮੈਂ ਕਹਣਾ ਵੀ ਮੈਂ ਖੁਣ ਵੀ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਕੋ ਸਤਨਾਮ ਸ੍ਰੀ ਜਿਹੜਾ ਗੁਰੂ ਨੇ ਸਿੱਖ ਤਿਆਰ ਕੀਤਾ ਨਾ ਉਹਦੀ ਇੱਕ ਅਵਸਥਾ ਹੈ ਉਹ ਖੁਸ਼ੀ ਗਮੀ ਦੇ ਵਿੱਚ ਇੱਕੋ ਜਿਹਾ ਰਹਿੰਦਾ ਜਿਹਨੂੰ ਗੁਰਬਾਣੀ ਦੇ ਵਿੱਚ ਲਿਖਿਆ ਹਰ ਇੱਕ ਸੋਗ ਤੇ ਰਹੇ ਨਿਹਾਰੋ ਕੀ ਲਿਖਿਆ ਜੀ ਹਰ ਇੱਕ ਸੋਗ ਤੇ ਆਵਾਜ਼ ਹੀ ਨਹੀਂ ਤੁਸੀਂ ਕੱਢਦੇ ਗੱਜ ਕੇ ਬੋਲਿਆ ਕਰੋ ਹੋਇਆ ਕੀ ਹੈ ਤੁਹਾਨੂੰ ਬੋਲੋ ਨਾ ਮੇਰੀਆਂ ਭੈਣਾਂ ਵੀ ਤੇ ਮੇਰੇ ਵੀਰ ਵੀ ਬੋਲੋ ਹਰਖ ਸੋਗ ਤੇ ਰਹੇ ਨਿਆਰੋ ਵਾਹ ਬਈ ਵਾਹ ਹਰਖ ਸੋਗ ਤੇ ਰਹੇ ਇੱਕ ਬੇਨਤੀ ਯਾਦ ਰੱਖਿਆ ਜੇ ਦਿਮਾਨ ਮੈਨੂੰ ਲੱਗਦਾ ਆਪਣੇ 3-4 ਹੋਣੇ ਆ ਹੋਰ ਸ਼ਾਇਦ 2 ਹੋਣ ਇੱਕ ਵੀਰ ਅਜ ਟਾਟੀਬੰਦ ਤੋਂ ਵੀ ਕਹਿ ਰਹੇ ਸੀ ਵੀ ਸਾਨੂੰ ਇੱਕ ਦਿਮਾਨ ਦੇ ਦਿਓ ਮੈਂ ਕਿਹਾ ਆਇਆ ਕੋਈ ਦਿੱਕਤ ਨਹੀਂ ਮੈਨੂੰ ਰਕਤੀ ਤੇ ਤੇ ਰੱਖਿਆ ਜੇ ਗੁਰਬਾਣੀ ਦੀਆਂ ਤੁਕਾਂ ਤੇ ਮੈਂ ਬੜਾ ਟੀਟਾਂ ਨਾਲ ਬਲਵਾਉਂਗਾ ਤੁਹਾਨੂੰ ਇੰਜ ਤੇ ਮੈਂ ਗਾਹਾਂ ਚੱਲਣਾ ਹੀ ਨਹੀਂ ਇਤਿਖਾਸ ਉੱਥੇ ਕਿ ਝਖ ਲਾਰ ਲਾਂਗਾ ਹੈ ਇੰਦ ਨਹੀਂ ਬੋਲੋ ਮੇਰੇ ਨਾਲ ਬੋਲੋ ਹਰ ਖਸੋਗ ਤੇ ਰਹੇ ਨਿਹਾਰੋ ਗੁਰੂ ਕਹਿੰਦੇ ਜਿਹੜੀ ਸ਼ਖਸੀਅਤ ਮੈਂ ਤੇਰੀ ਬਣਾ ਰਿਆ ਮਨਾ ਸੇਬ ਕਹਿੰਦੇ ਉਹ ਖੁਸ਼ੀ ਹੋਵੇ ਤੇ ਗਮੀ ਖੋਵੇ ਅਵਸਥਾ ਤੇਰੀ ਇੱਕੋ ਜੀ ਹੈ ਇਹ ਤੁਹਾਡਾ ਵੀ ਖੁਸ਼ੀ ਵੇਲੇ ਬਹੁਤ ਜਿਆਦਾ ਚੌੜਾ ਹੋ ਗਿਆ ਤੇ ਜਦੋਂ ਗਮ ਆ ਗਿਆ ਦਿਲ ਤੇ ਲਾ ਕੇ ਬਹਿ ਗਿਆ ਹਾਏ ਆ ਹੋ ਗਿਆ ਮੈਂ ਤੇ ਦੇਖੋ ਕਈ ਵਰੀ ਨਾ ਕਾਉਂਸਲਿੰਗ ਹੁੰਦੀ ਹੈ ਸਾਡੀ ਕਈਆਂ ਮਾਮਲਿਆਂ ਦੇ ਵਿੱਚ ਮੈਨੂੰ ਵੀਰ ਬਿਠਾ ਲੈਂਦੇ ਆ ਕਹਿੰਦੇ ਜੀ ਆਪਾਂ ਕਾਉਂਸਲਿੰਗ ਕਰਨੀ ਹੈ ਤੇ ਵਿੱਚ ਬੈਠੀ ਤਾਂ ਮੈਂ ਬੜਾ ਹੈਰਾਨ ਆ ਛੋਟੇ ਛੋਟੇ ਬੱਚੇ ਮੈਂ ਕੀ ਹੋ ਗਿਆ ਕਹਿੰਦੇ ਜੀ ਡਿਪਰੈਸ਼ਨ ਦਾ ਸ਼ਿਕਾਰ ਬਣ ਗਿਆ ਮੈਂ ਮੱਥੇ ਤੇ ਹੱਥ ਮਾਰਦਾ ਨिके ਨिके ਨਿਆਣੇ ਡਿਪਰੈਸ਼ਨ ਦੇ ਵਿੱਚ ਚਲੇ ਗਏ ਕਾਰਨ ਕੀ ਬਣਿਆ ਤੁਸੀਂ ਆਪਣੇ ਬੱਚਿਆਂ ਨੂੰ ਸਟਰੋਂਗ ਕੀਤਾ ਹੀ ਨਹੀਂ ਨਾ ਗੁਰਬਾਣੀ ਦੀ ਤਕ ਹੈ ਸਤਗੁਰ ਪਾਤਸ਼ਾਹ ਕੀ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਜਿਉ ਮੰਦਰ ਕੋ ਥਾਮੈ ਥੰਮਨ ਬੋਲੋ ਬੋਲੋ ਜਿਉ ਮੰਦਰ ਕੋ ਥਾਮੈ ਥੰਮਨ ਸਹਿਬ ਜੀ ਕਹਿੰਦੇ ਤਿਉ ਜਿਵੇਂ ਹੁਣ ਆ ਤੁਸੀਂ ਦੇਖੋ ਹਾਲ ਹੈ ਹਨਾ ਤੇ ਇਹਦੇ ਵਿੱਚ ਤੁਸੀਂ ਬੀਮ ਪਾਏ ਹੋਏ ਨੇ ਜਿਹੜੇ ਛੱਤ ਨੂੰ ਪੂਰਾ ਜਕੜ ਕੇ ਰੱਖਿਆ ਹੋਇਆ ਇਹਦੇ ਵਿਚਕਾਰ ਬੀਮ ਪਾਏ ਹੋਣਗੇ ਤਾਂ ਕਿ ਤੁਹਾਨੂੰ ਵਿੱਚ ਪਿੱਲਰ ਲਾਉਣੇ ਨਾ ਪੈਣ ਕਿ ਤੇ ਰੱਖਿਆ ਜੀ ਸਾਬ ਜੀ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਤੇਰੇ ਡੋਲਦੇ ਮਨ ਨੂੰ ਇੱਕ ਸਹਾਰਾ ਦਿੰਦਾ ਹੈ ਤੇ ਅੱਜ ਮੈਂ ਬੜਾ ਹੈਰਾਨ ਆ 5 5 7 7 10 10 ਸਾਲ ਦੇ ਬੱਚੇ ਅਖੇ ਜੀ ਡਿਪਰੈਸ਼ਨ ਵਿੱਚ ਚਲੇ ਗਏ ਮੈਂ ਕਹੋ ਵੀ ਤੇ 7 ਤੇ 9 ਸਾਲ ਦੇ ਸੀ ਸਾਰੀ ਕਚਹਿਰੀ ਕਹਿੰਦੀ ਸੀ ਇਹ ਡਿਪਰੈਸ਼ਨ ਵਿੱਚ ਚਲੇ ਜਾਣਗੇ ਉਹ ਕਹਿੰਦੇ ਨਾ 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 ਇੱਥੇ ਤੇ ਅਵਸਥਾ ਐਸੀ ਬਣ ਜਾਣੀ ਤੁਸੀਂ ਸੋਚਣ ਤੋਂ ਮਜਬੂਰ ਹੋ ਜਾਣਾ ਆਕੋ ਸਤਨਾਮ ਸ੍ਰੀ ਤੇ ਜੇ ਮੈਂ ਅੱਜ ਦੁਨੀਆ ਨੂੰ ਕਹਾਂ ਕਿ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਸਰਹੰਦੇ ਜੇਤੂ ਨੇ ਤੇ ਕਈ ਮੈਨੂੰ ਪੁੱਛਣਗੇ ਇਹ ਕਿਹੜਾ جنگ ਹੋਇਆ ਸੀ ਕੱਲੀ ਜੰਗ ਤਲਵਾਰਾਂ ਨਾਲ ਥੋੜਾ ਖੁੰਦੀ ਹੈ ਜੰਗ ਵਿਚਾਰਾਂ ਦੀ ਵੀ ਖੁੰਦੀ ਹੈ ਬੋਲੋ ਵਿਚਾਰਾਂ ਦੀ ਜੰਗ ਵੀ ਖੁੰਦੀ ਹੈ ਤੇ ਵਿਚਾਰਾਂ ਦੀ ਜੰਗ ਦੇ ਅੰਦਰ ਸੱਤ ਤੇ ਨੌ ਸਾਲ ਦੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜਿੱਤਦੇ ਨੇ ਤੇ ਐਡੀ ਵੱਡੀ ਉਮਰ ਦਾ ਵਜ਼ੀਰ ਖਾਂ ਬੁਰੀ ਤਰ੍ਹਾਂ ਹਾਰ ਜਾਂਦਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਤੇ ਸਹਿਬਜ਼ਾਦਿਆਂ ਨੂੰ ਭੁੱਖੇ ਵੀ ਰੱਖਿਆਗਾ ਕੋਈ ਡਿਪਰੈਸ਼ਨ ਦਾ ਸਵਾਲ ਨਹੀਂ ਉਹਤੇ ਤੇ ਸਾਬ ਜادیه ਤੇ ਤਸ਼ੱਦਦ ਵੀ ਕੀਤਾ ਗਿਆ ਕੱਲਾ ਇਹ ਨਹੀਂ ਵੀ ਸਰੀਰਕ ਕੀਤਾ ਗਿਆ ਮੈਂਟਲੀ ਤੇ ਫਿਜ਼ੀਕਲੀ ਦੋਵੇਂ ਤਰੀਕਿਆਂ ਨਾਲ ਟਰਟਚਰ ਕੀਤਾ ਗਿਆ ਤੇ ਤੁਹਾਨੂੰ ਅੰਦਾਜ਼ਾ ਹੋਵੇਗਾ ਹਿਸਟਰੀ ਪੜ੍ਹ ਕੇ ਵੀ ਕਿੰਨੀ ਕੁ ਚੜਦੀ ਕਲਾ ਆਹ ਹੁੰਦੀ ਹੈ ਚੜਦੀ ਕਲਾ ਇਹ ਥੋੜਾ ਵੀ ਚੜਦੀ ਕਲਾ ਅਨੰਦਪੁਰ ਸਾਹਿਬ ਦੇ ਵਿੱਚ ਚੜਦੀ ਕਲਾ ਤੇ ਜਦੋਂ ਅੱਗੇ ਸਰਹੰਦ ਦੀ ਧਰਤੀ ਤੇ ਤੇ ਟੈਂਦੀ ਕਲਾ ਉਹ ਕਹਿੰਦੇ ਨਾ ਜਿਹੜੀ ਸਿੱਖਿਆ ਅਨੰਦਪੁਰ ਸਾਹਿਬ ਤੋਂ ਲਈ ਹੈ ਨਾ ਉੱਥੋਂ ਤੇ ਸਿੱਖਿਆ ਸੀ ਇੱਥੇ ਅੱਜ ਇਮਤਿਹਾਨ ਹੋ ਰਹੇ ਨੇ ਇੱਥੇ ਚੜਦੀ ਕਲਾ ਦੇ ਵਿੱਚ ਰਹਿਣਾ ਆਕੋ ਸਤਨਾਮ ਸ੍ਰੀ ਸਕੋ ਮੈਂ ਤਾਂ ਬੇਨਤੀ ਕਰਦਾ ਵੀ ਜ਼ਿੰਦਗੀ ਦੇ ਵਿੱਚ ਰਾ ਇੱਕ ਥੋੜਾ ਆ ਪਟਿਆਲੇ ਦੀ ਇੱਕ ਘਟਨਾ ਬੱਚੇ ਦਾ ਕੋਈ ਪੇਪਰ ਸੀ ਇੱਕ ਨੰਬਰ ਘਟ ਆ ਗਿਆ ਤੇ ਬੱਚਾ ਫਾਹਾ ਲੈ ਕੇ ਚੜ੍ਹਾਈ ਕਰ ਗਿਆ ਤੇ ਮੇਰਾ ਇੱਥੇ ਕਈ ਵਾਰੀ ਸੋਚਦਾ ਦੇ ਵਿੱਚ ਕਸੂਰ ਮਾਪਿਆਂ ਦਾ ਵੀ ਹੈ ਇਸ ਤਰ੍ਹਾਂ ਨਾ ਕਰਿਆ ਜੇ ਮਾਪਿਆਂ ਦਾ ਵੀ ਹੈ ਤੁਸੀਂ ਨਾ ਇੱਕ ਲਾਈਨ ਖਿੱਚ ਕੇ ਰੱਖ ਦਿੱਤੀ ਬੇਟੇ ਆ ਕੰਮ ਤੂੰ ਕਰਨਾ ਹੈ ਜਿੰਵੇਂ ਮਰਜੀ ਮੈਂ ਕਹਿੰਦਾ ਕੋਈ ਬੱਚੇ ਤੇ ਦਬਾਅ ਨਾ ਪਾਓ ਜੇ ਇੱਕ ਕੰਮ ਦੇ ਵਿੱਚੋਂ ਬੱਚਾ ਰਹਿ ਗਿਆ ਨਾ ਤੇ ਹੌਸਲਾ ਦੇ ਕੇ ਕਹੋ ਬੇਟਾ ਜ਼ਿੰਦਗੀ ਦੇ ਵਿੱਚ ਕੋਈ ਇੱਕ ਰਾਹ ਥੋੜਾ ਸੀ ਜ਼ਿੰਦਗੀ ਦੇ ਵਿੱਚ بڑے ਦਰਵਾਜੇ ਖੁੱਲਣਗੇ ਪੁੱਤਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ ਕੋ ਸਤਨਾਮ ਸ੍ਰੀ ਪਤਾ ਨਹੀਂ ਕਿਉਂ ਸੀ ਬੱਚਿਆਂ ਨੂੰ ਉਹ ਦਿਸ਼ਾ ਦਿੱਤੀ ਨਹੀਂ ਬੱਚਿਆਂ ਨੂੰ ਉਹ ਸਹੀ ਗਿਆਨ ਦਿੱਤਾ ਨਹੀਂ ਬੱਚਿਆਂ ਦੇ ਅੰਦਰ ਉਹ ਚੀਜ਼ਾਂ ਪਾਈਆਂ ਨਹੀਂ ਅਸੀਂ ਇੱਕੋ ਚੀਜ਼ ਪੜ੍ਹਾਤੀ ਵੀ ਗਿਆਨ ਐਜੂਕੇਸ਼ਨ ਕਿਤਾਬਾਂ ਦੇ ਬੋਝ ਦੇ ਖੇਠਾਂ ਦੱਬ ਜਾਣਾ ਕੋਈ ਇਹਨੂੰ এডਿਕੇਸ਼ਨ ਨਹੀਂ ਕਿਹਾ ਜਾਂਦਾ ਕਿਤਾਬਾਂ ਦੇ ਬੋਝ ਦੇ ਹੇਠਾਂ ਦੱਬ ਜਾਣਾ ਦਿਨ ਰਾਤ ਪੜੀ ਜਾਓ ਪਾਗਲਾਂ ਦੀ ਤਰ੍ਹਾਂ ਇਹ এডਿਕੇਸ਼ਨ ਹੈ ਇਹਨੂੰ এডਿਕੇਸ਼ਨ ਨਹੀਂ ਕਿਹਾ ਜਾਂਦਾ এডਿਕੇਸ਼ਨ ਹੁੰਦਾ ਜਦੋਂ ਤੁਹਾਨੂੰ ਇੱਕ ਵੱਖਰਾ ਨਜ਼ਰੀਆ ਮਿਲ ਜਾਂਦਾ ਹੈ ਹਰ ਗੱਲ ਨੂੰ ਸੋਚਣ ਦਾ ਵੱਖਰਾ ਨਜ਼ਰੀਆ ਹਰ ਗੱਲ ਨੂੰ ਵਿਚਾਰਨ ਦਾ ਵੱਖਰਾ ਨਜ਼ਰੀਆ ਚਰਿੱਤਰ ਨੂੰ ਜਦੋਂ ਤੁਸੀਂ ਕੜਨ ਲੱਗ ਪੈਂਦੇ ਹੋ ਤੇ ਮੈਂ ਉਹਨੂੰ ਕਿਹਨਾਂ ਕਹਿੰਦਾ ਆਹ এডਿਕੇਸ਼ਨ ਹੈ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਚਲੋ ਮੈਂ ਤੁਹਾਨੂੰ ਦੋ ਉਦਾਹਰਨ ਦੇਣਾ ਮੈਂ ਆਮ ਕਰਕੇ ਕੋਈ ਛੋਟੀ ਤੋਂ ਛੋਟੀ ਨੌਕਰੀ ਵੀ ਹੋਵੇ ਕੀ ਕਹਿੰਦੇ ਨੇ ਕਹਿੰਦੇ ਜੀ میٹرਿਕ ਪਾਸ ਹੋਣਾ ਚਾਹੀਦਾ ਕੀ ਕਹਿੰਦੇ ਐ ਦਸਵੀਂ ਪਾਸ ਹੋਣਾ ਚਾਹੀਦਾ ਤੇ ਕੌਮ ਦੇ ਵਿੱਚ ਦੋ ਨਾ ਕਾਫੀ ਉੱਚ ਕੋਟੀ ਦੇ ਵਿਦਵਾਨ ਹੋਇਆ ਬਾਕੀ ਖਰ ਬੰਦੇ ਦਾ ਵੇਖਣ ਦਾ ਨਜ਼ਰੀਆ ਕਿਸ ਨਜ਼ਰੀਏ ਦੇ ਵਿੱਚ ਵੇਖਦੇ ਨੇ ਆਪਾਂ ਭਗਤ ਪੂਰਨ ਸਿੰਘ ਦਾ ਨਾਮ ਸਾਰੇ ਜਾਣਦੇ ਆ ਤੇ ਭਗਤ ਪੂਰਨ ਸਿੰਘ ਨੇ ਜਿਹੜਾ 35 40 ਸਾਲ ਪਹਿਲਾਂ ਲਿਖਿਆ ਸੀ ਨਾ ਵੀ ਤੁਹਾਡਾ ਪੰਜਾਬ ਕਹਿੰਦੇ ਜਿੰਨੂੰ ਤੁਸੀਂ ਕਹਿੰਦੇ ਹੋ ਵੀ ਇਹ ਗੁਰੂਆਂ ਦੀ ਧਰਤੀ ਹੈ ਪੰਜ ਆਬ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਕਹਿੰਨ ਲੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰੂਥਲ ਬਣ ਜਾਵੇਗਾ ਤੇ ਉਹ ਪੰਜਾਬ ਦੇ ਖਲਾਅਤ ਮੈਂ ਵੇਖ ਰਿਹਾ ਮਾਂ ਤੇ ਚਿੱਤੇ ਰੱਖਿਆ ਜੇ ਉਹ ਭਗਤ ਪੂਰਨ ਸਿੰਘ ਤੇ ਉਹ ਗਿਆਨੀ ਸੰਤ ਸਿੰਘ ਮਸਕੀਨ ਜਿਨ੍ਹਾਂ ਨੂੰ ਦੁਨੀਆਂ ਨੇ ਸੁਣਿਆ ਤੇ ਦੁਨੀਆਂ ਨੇ ਪੜਿਆ ਚੇਤੇ ਰੱਖਿਆ ਜੇ ਦੋਵਾਂ ਦੇ ਵਿੱਚੋਂ ਕੋਈ ਵੀ ਮੈਟ੍ਰਿਕ ਪਾਸ ਨਹੀਂ ਸੀ ਆ ਕੋ ਸਤ ਨਾਮ ਸ੍ਰੀ ਸਿਰਫ ਇੱਕ ਉਦਾਹਰਣ ਦੇ ਰਿਹਾ ਮੈਂ ਨਾ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਤੇ ਨਾ ਗਿਆਨੀ ਸੰਤ ਸਿੰਘ ਮਸਕੀਨ ਉੱਚ ਕੋਟੀ ਦੇ ਵਿਦਵਾਨ ਮੈਂ ਸਿਰਫ ਇੱਕ ਬੇਨਤੀ ਕਰਦਾ ਵੀ ਜੇ ਤੁਸੀਂ ਸੋਚੋ ਵੀ ਕਸਵੱਟੀ ਹੈ ਦੀ ਬਹੁਤ ਜ਼ਿਆਦਾ ਪੜ ਜਾਣਾ ਇਹ ਵਿਦਵਤਾ ਦੀ ਕਸਵੱਟੀ ਹੈ ਇਹ ਕਾਮਯਾਬੀ ਦੀ ਕਸਵੱਟੀ ਹੈ ਤੇ ਮੈਨੂੰ ਮਾਫ ਕਰਦੇ ਜੇ ਪੜ੍ਹਾਈ ਬੜੀ ਜ਼ਰੂਰੀ ਹੈ ਪਰ ਕਾਮਯਾਬੀ ਦੀ ਕਸਵੱਟੀ ਨਹੀਂ ਹੋ ਸਕਦੀ ਕਦੀ ਵੀ ਮੈਂ ਕੱਲ ਵੀ ਤੁਹਾਨੂੰ ਇੱਕ ਉਦਾਹਰਨ ਦਿੱਤੀ ਸੀ ਤੇ ਅੱਜ ਵੀ ਦੇ ਰਹੀ ਆ ਮੈਂ ਸੋ ਕਹਿਣ ਤੋਂ ਭਾਵ ਅੱਜ ਦੇ ਬੱਚੇ ਕਿਉਂ ਨਹੀਂ ਚੜ੍ਹਦੀ ਕਲਾ ਦੇ ਵਿੱਚ ਦੋ ਦੋ ਨੰਬਰ ਘਟ ਆ ਗਏ ਮਾਪਿਆਂ ਨੇ ਕੁਝ ਕਹਿ ਦਿੱਤਾ ਟੀਚਰ ਨੇ ਕੁਝ ਕਹਿ ਦਿੱਤਾ ਅਖੇ ਜੀ ਬੱਚਾ ਡਿਪਰੈਸ਼ਨ ਦੇ ਵਿੱਚ چلا ਗਿਆ ਨਾ 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 ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਨਾ ਉਹ ਕਹਿੰਦਾ ਡਿਪਰੈਸ਼ਨ ਦੇ ਵਿੱਚ ਮੈਂ ਤੇ ਜਦੋਂ ਉਹਦੀ ਲੰਗ ਜਾਵਾਂ ਜੇ ਉਧਰ ਵੀ ਕੋਈ ਡਿਪਰੈਸ਼ਨ ਦੇ ਵਿੱਚ ਹੋਵੇ ਤੇ ਉਹ ਵੀ ਬਾਹਰ ਆ ਦੇਗਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਕੁਝ ਸਿੱਖ ਕੜਿਆ ਜਿਹਨੇ ਹਰ ਅਵਸਥਾ ਦੇ ਅੰਦਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਾ ਤੇਰੇ ਜੀਵਨ ਤੋਂ ਪਤਾ ਲੱਗਦਾ ਵੀ ਜੇ ਇਹ ਐਡਾ ਚੜ੍ਹਦੀ ਕਲਾ ਵਾਲਾ ਤੇ ਇਹਨਾਂ ਦਾ ਗੁਰੂ ਕਿਹਦਾ ਹੋਵੇਗਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਇੱਕ ਉਦਾਹਰਨ ਲਈਏ ਤੇ ਮੈਨੂੰ ਲੱਗਦਾ ਵੀ ਉਸ ਉਦਾਹਰਨ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਸਮਾ ਸੰਪੂਰਨ ਹੋ ਜਾਵੇਗਾ ਸੇਕ ਇਤਿਹਾਸ ਦੇ ਵਿੱਚ ਇੱਕ ਨਾਮ ਹੁੰਦਾ ਜਿਹੜਾ ਮੈਂ ਸਵੇਰੇ ਤੁਹਾਨੂੰ ਥੋੜਾ ਜਿਹਾ ਜ਼ਿਕਰ ਕੀਤਾ ਸੀ ਤੇ ਮੈਂ ਕਿਹਾ ਸੀ ਸ਼ਾਮ ਦੇ ਦੀਵਾਨ ਵਿੱਚ ਸਾਂਝਾ ਕਰਾਂਗੇ ਭਾਈ ਕਨਈਆ ਕੀ ਨਾਮ ਜੀ ਆਵਾਜ਼ ਬੜੀ ਮੱਧਮ ਹੈ ਗੱਜ ਕੇ ਬੋਲੋ ਭਾਈ ਕਨਈਆ ਜੀ ਹੈ ਨਾ ਇੱਕ ਚੇਤਾ ਰੱਖਣਾ ਕਲਗੀ ਤਰਪਤਾ ਮਹਾਰਾਜ ਇੱਕ ਬਹੁਤ ਦੂਰ ਅੰਦੇਸ਼ੀ ਸੋਚ ਦੇ ਮਾਲਕ ਨੇ ਬੜੀ ਕਾਗਰਤਾ ਧਿਆਨ ਵਿਚਾਰ ਵਾਲੇ ਪਾਸੇ ਭਾਈ ਸਾਹਿਬ ਫੇਰ ਸਭ ਨੂੰ ਫਤੇ ਬੁਲਾ ਲਿਆ ਜੇ ਇਧਰ دیਵਾਨ ਦੇ ਵਿੱਚ ਆ ਕੇ ਬੈਠ ਜਾਈਦਾ ਹੁੰਦਾ ਸਭ ਦਾ ਧਿਆਨ ਨੀ ਪੰਕਰੀਦਾ ਹੁੰਦਾ ਇਹ ਨਿਯਮ ਸਿੱਖੋ ਔਰ ਸੁਣਿਆ ਜੇ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਬੇਨਤੀ ਲਗਾ ਮੈਂ ਕਰਨ ਕਿੱਡੀ ਗਜ਼ਬ ਦੀ ਗੱਲ ਹੈ ਭਾਈ ਕਨਈਆ ਜੀ ਦੀ ਡਿਊਟੀ ਇਹ ਹੈ ਵੀ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਪਰ ਤੁਸੀਂ ਤੇਗ ਨਹੀਂ ਪਾਉਣੀ ਤੁਸੀਂ ਤੇਗ ਨਹੀਂ ਚਲਾਉਣੀ ਕਹਿੰਦੇ ਪਾਤਸ਼ਾਹ ਫਿਰ ਮੈਂ ਕੀ ਕਰਨਾ ਹੈ ਦੇਖੋ ਇਥੋਂ ਇੱਕ ਉਹ ਚੀਜ਼ ਮਹਿਸੂਸ ਕਰੋ ਤੁਸੀਂ ਆਮ ਕਰਕੇ ਅੱਜ ਦੁਨੀਆ ਨੂੰ ਦੱਸ ਨਹੀਂ ਪਾਏ ਵੀ ਰੈੱਡ ਕਰਾਸ ਦਾ ਬੰਨ੍ਹ ਹੀ ਕੌਣ ਹੈ ਮਾਫ ਕਰਿਆ ਜੀ ਰੈੱਡ ਕਰਾਸ ਦਾ ਬਾਨੀ ਕੌਣ ਹੈ ਅੱਜ ਅਸੀਂ ਦੁਨੀਆ ਨੂੰ ਦੱਸ ਨਹੀਂ पाए ਹੁਣ ਤੁਸੀਂ ਪੁੱਛੋਗੇ ਵੀ ਤੇ ਕੀ ਅਰਥ ਮੰਦੇ ਨੇ ਮੈਂ ਕਹਿੰਦਾ ਚਲੋ ਮੈਂ ਦੋ ਘਟਨਾਵਾਂ ਤੁਹਾਨੂੰ ਦੇ ਦਿੰਦਾ ਜਿੱਥੇ ਮੇਰੀ ਕੌਮ ਨੇ ਨਾ ਖਿਆਲ ਨਹੀਂ ਕੀਤਾ ਤੇ ਉਹਦਾ ਰਿਜ਼ਲਟ ਜਿਹੜਾ ਕੁਝ ਹੋਰ ਕਿਸਮ ਦਾ ਨਿਕਲਿਆ ਜਿਵੇਂ ਇੱਕ ਚੀਜ਼ ਚੇਤੇ ਰੱਖਣਾ ਜਦੋਂ ਅੱਜ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਵੀ ਸਤੀ ਪ੍ਰਥਾ ਕਿਸ ਨੇ ਬੰਦ ਕਰਵਾਈ ਬੱਚਾ ਉਸੇ ਵੇਲੇ ਬੋਲਦਾ ਕਹਿੰਦਾ ਲਾਰਡ ਵਿਲੀਅਮ ਬੈਂਟਿੰਗ ਦੇ ਨਾਲ ਮਿਲ ਕੇ ਰਾਜਾ ਰਾਮ ਮੋਹਨ ਰਾਏ ਜੀ ਨੇ ਆ ਜਵਾਬ ਹੁੰਦਾ ਜੀ ਬੱਚਾ ਉਸੇ ਵੇਲੇ ਕਹਿੰਦਾ ਰਾਜਾ ਰਾਮ ਮੋਹਨ ਰਾਏ ਜੀ ਨੇ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਮਿਲ ਕੇ ਉਸ ਸਮੇਂ ਕਾਨੂੰਨ ਬਣਾ ਦਿੱਤਾ ਸਤੀ ਪ੍ਰਥਾ ਦੇ ਵਿਰੋਧ ਦੇ ਅੰਦਰ ਪਰ ਮੈਂ ਤੁਹਾਨੂੰ ਬਕਾਇਦਾ ਜਿਹੜੀ ਗੱਲ ਕਰਨ ਲੱਗਾ ਮਾਂ ਧਿਆਨ ਦੇ ਨਾਲ ਸੁਣਿਆ ਜੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਪੂਰੇ 200 ਸਾਲ ਬਾਅਦ ਬੰਗਾਲ ਦੀ ਧਰਤੀ ਦੇ ਉੱਪਰ ਰਾਜਾ ਰਾਮ ਮੋਹਨ ਰਾਏ ਦਾ ਜਨਮ ਹੁੰਦਾ ਕਿੰਨੇ ਸਾਲਾਂ ਬਾਅਦ 200 ਸਾਲਾਂ ਬਾਅਦ ਹੁਣ ਜਿਹੜਾ 200 ਸਾਲ ਬਾਅਦ ਪੈਦਾ ਹੋਇਆ ਉਸ ਤੋਂ ਬਾਅਦ ਉਹ ਵੱਡਾ ਹੋਇਆ ਉਸ ਤੋਂ ਬਾਅਦ ਉਹਨੇ ਐਜੂਕੇਸ਼ਨ ਗ੍ਰਹਿਣ ਕੀਤੀ ਹੈ ਉਸ ਤੋਂ ਬਾਅਦ ਅੰਗਰੇਜ਼ ਨਾਲ ਮਿਲ ਕੇ ਵੀ ਭਾਰਤ ਦੀ ਧਰਤੀ ਤੇ ਇਸਤਰੀ ਤੇ ਬੜਾ ਵੱਡਾ ਜ਼ੁਲਮ ਹੋ ਰਿਹਾ ਹੈ ਇਸ ਕਰਕੇ ਸਤੀ ਪ੍ਰਥਾ ਤੇ ਰੋਕ ਲੱਗੇ ਤੇ ਅੱਜ ਸਾਰਾ ਸਿਰਾ ਉਹਨਾਂ ਨੂੰ ਦੇ ਦਿੱਤਾ ਗਿਆ ਇਤੇ ਰੱਖਿਆ ਜੇ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ ਡੇਟ ਕੱਢ ਲਓ ਪੂਰੇ 200 ਸਾਲ ਬਾਅਦ ਪੈਦਾ ਹੁੰਦਾ ਸਾਰਾ ਸੇਰਾ ਉਧਰ ਦੇ ਦਿੱਤਾ ਗਿਆ ਪਰ ਚਿੱਤੇ ਰੱਖਿਆ ਜੇ ਇਹ ਕਾਨੂੰਨ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਾਕਾਇਦਾ ਗੁਰਬਾਣੀ ਦੇ ਵਿੱਚ ਲਿਖ ਕੇ ਸਾਡੀ ਝੋਲੀ ਪਾ ਦਿੱਤਾ ਸੀ ਆ ਕੋ ਸਤਨਾਮ ਸ੍ਰੀ ੁਬਾਹੇ ਗੁਰੂ ਜਦੋਂ ਇਹ ਪਾਵਨ ਬਚਨ ਪੜ੍ਹਦੇ ਸਤਿਆਂ ਇਹਨਾਂ ਆਖੀਆਂ ਨੇ ਸਹਿਬ ਜੀ ਕਹਿੰਦੇ ਇਹਨਾਂ ਨੂੰ ਮੈਂ ਸਤਿਆਂ ਨਹੀਂ ਜੇ ਮੰਨਦਾ ਇਹਨਾਂ ਨੂੰ ਮੈਂ ਸਤਿਆਂ ਨਹੀਂ ਮੰਨਦਾ ਜਿਹੜੀਆਂ ਪਤੀ ਦੇ ਨਾਲ ਮਰ ਜਾਂਦੀਆਂ ਨੇ ਸਤੀਆਂ ਤੇ ਉਹ ਹੁੰਦੀਆਂ ਜਿਹੜੀਆਂ ਪਤੀ ਤੋਂ ਬਾਅਦ ਜ਼ਿੰਮੇਵਾਰੀਆਂ ਨਿਭਾਉਂਦੀਆਂ ਕੋਈਆਂ ਤੇ ਆਪਣੇ ਸਤ ਦੇ ਵਿੱਚ ਪੱਕੀਆਂ ਰਹਿੰਦੀਆਂ ਨੇ ਆਕੋ ਸਤਨਾਮ ਸ੍ਰੀ ਅਕਾਲ ਅੱਜ ਦੁਨੀਆ ਨੂੰ ਅਸੀਂ ਦੱਸ ਨਹੀਂ ਪਾਏ ਤੇ ਰਿਜ਼ਲਟ ਕੀ ਨਿਕਲਿਆ ਜਿਹੜੇ ਕਾਰਜ ਸਾਡੇ ਗੁਰੂਆਂ ਨੇ ਕੀਤੇ ਸੀ ਨਾ ਉਹ ਅੱਗੇ ਦੀ ਅੱਗੇ ਕਿਸੇ ਹੋਰ ਨੇ ਆਪਣੀ ਝੋਲੀ ਵਿੱਚ ਪਵਾਤਾ ਲਵ ਐਂਡ ਚੈਰਿਟੀ ਦਾ ਨਿਯਮ ਤੇ ਗੁਰਨਾਨਕ ਦੇ ਘਰ ਦਾ ਸੀ ਅੱਜ ਇਸਾਈ ਪ੍ਰਚਾਰਕ ਕਹਿੰਦੇ ਦੇਖੋ ਜੀ ਲਵ ਐਂਡ ਚੈਰਿਟੀ ਦੇ ਨਾਲ ਅਸੀਂ ਦੁਨੀਆ ਜੋੜਨ ਲੱਗ ਪਏ ਆਂ ਮੈਂ ਕਹਿੰਦਾ ਨਹੀਂ ਸਾਡੇ ਘਰ ਦੇ ਬੜੇ ਨਿਯਮ ਕਾਪੀ ਹੋਏ ਨੇ ਠੀਕ ਹੈ ਤੁਸੀਂ ਗੱਲ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਵੀ ਕਰੇ ਪਰ ਘੱਟੋ ਘੱਟ ਇਹ ਕਹਦਿਆ ਕਰੋ ਵੀ ਇਹ ਗੁਰੂ ਨਾਨਕ ਦੇ ਘਰ ਦਾ ਨਿਯਮ ਹੈ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਅੱਗੇ ਆਓ ਨਾ ਆਪਾਂ ਵਿਚਾਰ ਲੈ ਰਹੇ ਹਾਂ ਹੁਣ ਰੈੱਡ ਕਰਾਸ ਦੀ ਜੇ ਗੱਲ ਕਰੀਏ ਤੇ ਚੇਤੇ ਰੱਖਿਆ ਜੇ ਰੈੱਡ ਕਰਾਸ ਦੇ ਬਾਨੀ ਮੈਂ ਤੇ ਭਾਈ ਕਨ੍ਹਈਆ ਜੀ ਨੂੰ ਮੰਨਾਂਗਾ ਹੁਣ ਤੁਸੀਂ ਪੁੱਛੋਗੇ ਵੀ ਉਹ ਕਿਵੇਂ ਦੇਖੋ ਪਾਤਸ਼ਾਹ ਕਹਿੰਦੇ ਵੀ ਤੁਸੀਂ ਤੇਗ ਨਹੀਂ ਬੋਣੀ ਕਹਿੰਦੇ ਪਾਤਸ਼ਾਹ ਪਰ ਮੈਂ ਕੀ ਕਰਨਾ ਹੈ ਸਾਬ ਜੀ ਕਹਿੰਦੇ ਤੇਗ ਵਾਲੇ ਵੱਖਰੇ ਤੇਗ ਵਾਲੇ ਵਖਰੇ ਇਥੋਂ ਪਤਾ ਲੱਗਦਾ ਵੀ ਸਤਗੁਰ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਕਿੰਸੀ ਹੈ ਅੱਜ ਵੀ ਦੇਖੋ ਤੁਸੀਂ ਫੌਜ ਦੇ ਵਿੱਚ ਦੇਖੋ ਲੰਗਰ ਬਣਾਉਣ ਵਾਲੇ ਵਖਰੇ ਹੁੰਦੇ ਆ ਲੰਗਰ ਬਣਾਉਣ ਵਾਲੇ ਵਖਰੇ ਜਿਹੜਾ ਫੌਜ ਦਾ ਗਰੰਤੀ ਹੁੰਦਾ ਉਹ ਕੋਈ ਸੂਬੇਦਾਰ ਦਾ ਰੁਤਬਾ ਖੁੰਦਾ ਉਹ ਵਖਰਾ ਬੋਲੋ ਸੱਚ ਹੈ ਜੀ ਇਹ ਲਾਜ ਕਰਨ ਵਾਲੇ ਡਾਕਟਰ ਵਖਰੇ ਜੰਗ ਲੜਨ ਵਾਲੇ ਵਖਰੇ ਉਹਨਾਂ ਨੂੰ ਚੁੱਕਣ ਵਾਲੇ ਵਖਰੇ ਕਿਉਂ ਭਲਾ ਉਹ ਬਕਾਇਦਾ ਕਿ ਟੀਮ ਵਰਕ ਹੁੰਦਾ ਹੈ ਸਹਿਬ ਜੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਉਹ ਟੀਮ ਵਰਕ ਪੂਰਾ ਚੱਲੇਗਾ ਕਿਵੇਂ ਸਾਹਿਬ ਕਿੰਦੇ ਇਹ ਤੇਗ ਚਲਾਉਣਗੇ ਤੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਪਾਣੀ ਲੈ ਕੇ ਜਾਇਆ ਕਰੋਗੇ ਕਹਿੰਦੇ ਸਤ ਬਚਨ ਸਾਹਿਬ ਜੀ ਕਹਿੰਦੇ ਸਭ ਨੂੰ ਜਲ ਛਕਾਉਣਾ ਸਾਡੇ ਘਰ ਦਾ ਰੁਤਬਾ ਤੇ ਦੇਖੋ ਕਿੰਨਾ ਉੱਚਾ ਸੀ ਸਾਡਾ ਇਖਲਾਕ ਤੇ ਵੇਖੋ ਕਿੰਨਾ ਉੱਚਾ ਸੀ ਵੇਖੋ ਤੇ ਸਾਈਂ ਮੜਾ ਜਾ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਤੇ ਭਾਈ ਕਨਈਆ ਜੀ ਸਭ ਨੂੰ ਪਾਣੀ ਪਿਉਂਦੇ ਆ ਜਦੋਂ ਜਲ ਛਕਾਉਂਦੇ ਆ ਪਾਣੀ ਪਿਉਂਦੇ ਆ ਤੇ ਸ਼ਾਮ ਨੂੰ ਸ਼ਿਕਾਇਤ ਅਪੜਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਕਹਿੰਦੇ ਸੱਚੇ ਪਾਤਸ਼ਾਹ ਪਾਤਸ਼ਾਹ ਜੀ ਕਹਿੰਦੇ ਹਾਂ ਜੀ ਸਹਿਬ ਜੀ ਸਾਨੂੰ ਤੇਗ ਦੇ ਕੇ ਤੁਸੀਂ ਤੋਰਿਆ ਪਾਤਸ਼ਾਹ ਕਹਿੰਦੇ ਬਿਲਕੁਲ ਤੇ ਕਹਿੰਦੇ ਪਰ ਕਨਈਆ ਜੀ ਨੂੰ ਜਲ ਦੇ ਕੇ ਵੀ ਤੁਸੀਂ ਤੋਰਿਆ ਪਾਤਸ਼ਾਹ ਜੀ ਕਹਿੰਦੇ ਬਿਲਕੁਲ ਕਹਿੰਦੇ ਸਤਿਗੁਰੂ ਇਹ ਤੇ ਚਲੋ ਗੱਲ ਸਮਝਦੇ ਵਿੱਚ ਆ ਗਈ ਵੀ ਸਾਨੂੰ ਤੇਗ ਦੇ ਕੇ ਤੋਰਿਆ ਤੇ ਇਹਨੂੰ ਜਲ ਦੇ ਕੇ ਤੋਰਿਆ ਪਰ ਪਾਤਸ਼ਾਹ ਜੇ ਤੇ ਜਲ ਆਪਣਿਆਂ ਨੂੰ ਛਕਾਵੇ ਜੇ ਜਲ ਬੋਲੋ ਨਾ ਮਹਾਰਾਜ ਆਪਣਿਆਂ ਨੂੰ ਛਕਾਵੇ ਤੇ ਗੱਲ ਸਤਗੁਰੂ ਅੰਦਰ ਜਾ ਰਹੀ ਹੈ ਵੀ ਦੇਖੋ ਭਾਈ ਇਹਦੀ ਡਿਊਟੀ ਹੈ ਵੀ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਪਏ ਨੇ ਉਹਨਾਂ ਦੇ ਮੂੰਹ ਦੇ ਵਿੱਚ ਪਾਣੀ ਪਾਉਣਾ ਪਰ ਪਾਤਸ਼ਾਹ ਜੇ ਇਹ ਉਹਨਾਂ ਦੇ ਮੁਖ ਦੇ ਵਿੱਚ ਪਾਣੀ ਪਾਵੇ ਜਿਨ੍ਹਾਂ ਦੇ ਬਾਰੇ ਨੀਤੀ ਕਹਿੰਦੀ ਵੀ ਦੁਸ਼ਮਣ ਨੂੰ ਉੱਥੇ ਮਾਰੋ ਜਿੱਥੇ ਪਾਣੀ ਨਾ ਲੱਭੇ ਅਸੀਂ ਤੇ ਪਾਤਸ਼ਾਹ ਉੱਥੇ ਹੀ ਮਾਰਦੇ ਆ ਜਿੱਥੇ ਪਾਣੀ ਨਾ ਲੱਭੇ ਪਰ ਜੇ ਇਹ ਪਾਣੀ ਲੈ ਕੇ ਅੱਪੜ ਜਾਵੇ ਤੇ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਹੋ ਸਕਦਾ ਜਿੰਨੂੰ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਢੇਰ ਕਰ ਦਿੰਨੇ ਆ ਉਦੇ ਮੂਹ ਦੇ ਵਿੱਚ ਪਾਣੀ ਪਾ ਦਿੰਦਾ ਆ ਕੇ ਤੇ ਸਾਡੀ ਜਿਹੜੀ ਮਿਹਨਤ ਹੈ ਦੁਬਾਰਾ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਕਹਿਣਾ ਇਹ ਚਾਹੁੰਦੇ ਆ ਜਾਂ ਤੇ ਇਹਦੀ ਸਾਜਸ਼ ਸੰਗਤ ਦੇ ਸਾਹਮਣੇ ਰੱਖੀ ਜਾਵੇ ਤੇ ਜਾਂ ਪਾਤਸ਼ਾਹ ਦੀ ਪਾਣੀ ਤੋਂ ਡਿਊਟੀ ਖਟਾਈ ਜਾਵੇ। ਆ ਕੋ ਸਤਿਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਫੈਸਲਾ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹੋਵੇਗਾ। ਇੱਕ ਪੱਖ ਦੀ ਸੁਣ ਕੇ ਕਦੀ ਫੈਸਲਾ ਨਹੀਂ ਹੁੰਦਾ। ਔਰ ਤੁਸੀਂ ਬੋਲੋ ਅੱਜਕੱਲ੍ਹ ਦੁਨੀਆ ਦੇ ਵਿੱਚ ਪੱਖ ਇੱਕ ਹੀ ਸੁਣਿਆ ਜਾਂਦਾ ਜੀ ਕਿ ਦੋਵੇਂ ਸੁਣੇ ਜਾਂਦੇ ਆ? ਬੋਲੋ ਨਾ ਫਿਰ ਮਹਾਰਾਜਾ ਇੱਕ ਪੱਖ ਸੁਣਿਆ ਜਾਂਦਾ ਦੋ ਪੱਖ ਤੇ ਨਹੀਂ ਨਾ ਸੁਣੇ ਜਾਂਦੇ ਹੁਣ ਤੁਹਾਡੀ ਸੁਣਵਾਈ ਤੇ ਤੁਹਾਡੀ ਸੁਣਵਾਈ ਤੇ 84 ਵਾਲੀ ਕਿੱਥੇ ਐ ਹੁਣ ਅੱਗੇ ਦੀ ਅੱਗੇ ਤੁਹਾਨੂੰ ਕੀ ਲੱਗਦਾ ਹੈ ਵੀ ਰਿਜ਼ਲਟ ਬਹੁਤ ਅੱਛੇ ਆਉਣਗੇ ਜਿਹੜੇ ਗਵਾਹ ਨੇ ਉਸ ਸਮੇਂ ਤੇ ਕਾਲ ਦੀ ਬੁੱਕਲ ਦੇ ਵਿੱਚ ਜਾ ਰਹੇ ਨੇ ਹਰ ਬੰਦੇ ਨੇ ਜਾਣਾ ਹੈ ਤੇ ਕੱਲ ਨੂੰ ਫੈਸਲਾ ਇਹ ਵੀ ਆ ਸਕਦਾ ਹੈ ਵੀ ਗਵਾਹਾਂ ਦੀ ਘਾਟ ਕਰਕੇ ਇਹ ਫੈਸਲਾ ਇੱਕ ਤਰਫਾ ਕਰ ਦਿੱਤਾ ਗਿਆ ਫਿਰ ਮੇਰੀ ਕੌਮ ਕੀ ਕਰੇਗੀ ਮੈਂ ਤੇ ਤੁਹਾਨੂੰ ਪੁੱਛਦਾ ਮਾਂ ਨਾ ਮੇਰੇ ਤੇ ਸਵਾਲ ਨਹੀਂ ਪਈ ਹੁਣ ਫੈਸਲਾ ਪਾਤਸ਼ਾਹ ਜੀ ਕਹਿੰਦੇ ਦੋਨੋਂ ਪੱਖਾਂ ਨੂੰ ਸੁਣਨ ਤੋਂ ਬਾਅਦ ਹੋਵੇਗਾ ਪਾਤਸ਼ਾਹ ਜੀ ਕਹਿੰਦੇ ਵਿਚਾਰੇ ਵਿਚਾਰਦੇ ਆ ਮਾਮਲਾ ਭਾਈ ਕਨਈਆ ਜੀ ਆਪਣੇ ਪੱਖ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਇੱਕ ਸ਼ਬਦ ਮੇਰੇ ਕੰਨਾਂ ਦੇ ਵਿੱਚ ਸੁਣਨ ਦੇ ਵਿੱਚ ਆਇਆ ਹੈ ਵੀ ਭਾਈ ਕਨਈਆ ਆਪਣਿਆਂ ਨੂੰ ਤੇ ਪਾਣੀ ਪਿਉਂਦਾ ਹੀ ਪਿਉਂਦਾ ਹੈ ਇਹ ਬਗਾਨਿਆਂ ਨੂੰ ਵੀ ਪਿਉਂਦਾ ਹੈ ਕਹਿੰਦਾ ਸਤਗੁਰੂ ਮੈਨੂੰ ਇੱਕ ਸਮਝ ਪਈ ਹੈ ਤੇਰੇ ਘਰ ਦੇ ਵਿੱਚ ਸਿੱਖੀ ਦੀ ਕਮਾਈ ਕਰਦੇ ਆ ਵੀ ਬਗਾਨਾ ਜਗਤ ਹੈ ਹੀ ਕੋਈ ਨਹੀਂ ਅਕੋ ਸਤਨਾਮ ਸ੍ਰੀ ਬਗਾਨਾ ਜਗਤ ਹੈ ਹੀ ਕੋਈ ਨਹੀਂ ਜਦੋਂ ਰੋਜ਼ ਬਾਣੀ ਪੜਦੇ ਆਂ ਤੇ ਆਪਾਂ ਕਹਿੰਦੇ ਆਂ ਅਵਲ ਅੱਲਾਹ ਨੂਰ ਉਪਾਇਆ ਬਲੋ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਹਾਂ ਇਹ ਭਾਰਤ ਦੇਸ਼ਨ ਇੱਥੇ ਸਾਰੇ ਤੁਸੀਂ ਇਕੱਠੇ ਹੋ ਕੇ ਰਹੋ ਮੈਨੂੰ ਕੋਈ ਦਿੱਕਤ ਨਹੀਂ ਦਿੱਕਤ ਕਦੋਂ ਹੁੰਦੀ ਏ ਜਦੋਂ ਕਿਹਾ ਜਾਂਦਾ ਹਿੰਦੂ ਰਾਸ਼ਟਰ ਬਣਾਉਣਾ ਫਿਰ ਮੈਨੂੰ ਦਿੱਕਤ ਹੈ ਫਿਰ ਮੈਂ ਕਹਿੰਦਾ ਵੀ ਇੱਥੇ ਇਕੱਲਾ ਇੱਕ ਕਮਿਊਨਿਟੀ ਦੇ ਲੋਕ ਨਹੀਂ ਰਹਿੰਦੇ ਇੱਥੇ ਮੁਸਲਮਾਨ ਭਰਾ ਵੀ ਰਹਿੰਦਾ ਇੱਥੇ ਬੋਧੀ ਵੀ ਰਹਿੰਦਾ ਇੱਥੇ ਜੈਨੀ ਵੀ ਰਹਿੰਦਾ ਇੱਥੇ ਸਿੱਖ ਵੀ ਰਹਿੰਦਾ ਇੱਥੇ ਹੋਰ ਅਨੇਕਾਂ ਲੋਕ ਰਹਿੰਦੇ ਨੇ ਮੈਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਹੈ ਮੈਂ ਕਹਿੰਦਾ ਸਾਰੇ ਭਰਾ ਬੜੇ ਸਤਿਕਾਰਯੋਗ ਨੇ ਪਰ ਦਿੱਕਤ ਕਿੱਥੇ ਆਉਂਦੀ ਹੈ ਜਦੋਂ ਇਸ ਤਰ੍ਹਾਂ ਦਾ ਬਿਆਨ ਆ ਜਾਂਦਾ ਆਕੋ ਸਤਨਾਮ ਸ੍ਰੀ ਫਿਰ ਮੈਨੂੰ ਜਵਾਬ ਦੇਣਾ ਪੈਂਦਾ ਫਿਰ ਮੈਂ ਕਹਿੰਦਾ ਨਹੀਂ ਐਸਾ ਨਹੀਂ ਚਲੇਗਾ ਇਹ ਐਸਾ ਨਹੀਂ ਚਲੇਗਾ ਤੁਸੀਂ ਉਂਝ ਕਹੋ ਵੀ ਭਾਰਤ ਦੇ ਸਾਡਾ ਮੈਂ ਨਾਲ ਤੁਹਾਡੇ ਬੋਲਾਂਗਾ ਵੀ ਭਾਰਤ ਦੇ ਸਾਡਾ ਬੋਲੋ ਭਾਰਤ ਦੇ ਸਾਡਾ ਅਸੀਂ ਐਡੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਬਗਾਨਾ ਸਮਝ ਕੇ ਥੋੜਾ ਕਰਤੀਆਂ ਆਪਣਾ ਸਮਝ ਕੇ ਕੀਤੀਆਂ ਨੇ ਨਾ ਪਰ ਜੇ ਤੁਸੀਂ ਕੱਲ ਨੂੰ ਉੱਠ ਕੇ ਗੱਲ ਕਹਿ ਦਿਓ ਵੀ ਨਹੀਂ ਨਹੀਂ ਇਹ ਤੇ ਹਿੰਦੂ ਰਾਸ਼ਟਰ ਫਿਰ ਮੈਂ ਕਹਿੰਨਾਂ ਨਹੀਂ ਵੀਰ ਇਹ ਕੰਮ ਕਾਨੂੰਨ ਦੇ ਮੁਤਾਬਕ ਠੀਕ ਨਹੀਂ ਰਹੇਗਾ ਇੱਥੇ ਸਾਰੇ ਹੀ ਲੋਕ ਰਹਿੰਦੇ ਨੇ ਭਰਾਵਾ ਵਾਂਗੂ ਰਹੀਏ ਆਕੋ ਸਤਨਾਮ ਸ੍ਰੀ ਦਸੋ ਵੀ ਮੇਰੀ ਗੱਲ ਤੁਹਾਨੂੰ ਸਹੀ ਲੱਗਦੀ ਕਿ ਮਾੜੀ ਲੱਗਦੀ ਹੈ ਸਹੀ ਲੱਗਦੀ ਹੈ ਨਾ ਭਰਾਮਾ ਵਾਂਗੂ ਰਹੋ ਸਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਜਦੋਂ ਬਗਾਨਗੀ ਦਾ ਅਹਿਸਾਸ ਕਰਵਾਓਗੇ ਫਿਰ ਸਾਨੂੰ ਕਿਤੇ ਨਾ ਕਿਤੇ ਮੁਖ ਦੇ ਵਿੱਚੋਂ ਦੋ ਸ਼ਬਦ ਬੋਲਨੇ ਪੈਣੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸੁਣਿਆ ਜੀ ਅਗਲੀ ਗੱਲ ਪਾਤਸ਼ਾਹ ਜੀ ਕਹਿੰਦੇ ਵੀ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਹੋਵੇਗਾ ਇੱਕ ਪੱਖ ਸੁਣ ਕੇ ਫੈਸਲਾ ਨਹੀਂ ਸੁਣਾਇਆ ਜਾ ਸਕਦਾ ਕੰਨਿਆ ਆਪਣੇ ਪੱਖ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖੱਤ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਕੰਨਾਂ ਦੇ ਵਿੱਚ ਇੱਕ ਬੋਲ ਪਿਆ ਹੈ ਇਹਦੇ ਵਿੱਚ ਇਹ ਗੱਲ ਦਰਸਾਈ ਗਈ ਹੈ ਕਿ ਇਹ ਆਪਣਿਆਂ ਨੂੰ ਤੇ ਜਲ ਛਕਾਵੇ ਗੱਲ ਸਮਝ ਦੇ ਵਿੱਚ ਆਉਂਦੀ ਹੈ ਪਰ ਜਦੋਂ ਬਗਾਨਿਆਂ ਨੂੰ ਪਾਣੀ ਪਿਆਵੇ ਤੇ ਗੱਲ ਸਮਝ ਦੇ ਵਿੱਚ ਨਹੀਂ ਆਉਂਦੀ ਪਾਤਸ਼ਾ ਤੁਹਾਡੇ ਘਰ ਦੀ ਸਿੱਖੀ ਦੀ ਕਮਾਈ ਕਰਦੇ ਆ ਕੋਈ ਬਗਾਨਾ ਲੱਗਦਾ ਹੀ ਨਹੀਂ ਕੋਈ ਬਗਾਨਾ ਲੱਗਦਾ ਹੀ ਨਹੀਂ ਪਾਤਸ਼ਾ ਕਹਿੰਦੇ ਜੀ ਕਿਵੇਂ ਤੇ ਉਹਨਾਂ ਨੇ ਕੁਝ ਗੁਰਬਾਣੀ ਦੀਆਂ ਤੁਕਾਂ ਪੜੀਆਂ ਕਹਿੰਦੇ ਨਾ ਕੋ ਬੈਰੀ ਬੋਲੋ ਨਹੀਂ ਬਗਾਨਾ ਸਗਲ ਸੰਗ ਹਮ ਕਉ ਬਨ ਆਈ ਫਿਰ ਬੋਲੋ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ ਕਹਿੰਦੇ ਸੱਚੇ ਪਾਤਸ਼ਾਹ ਹੁਣ ਨਾਤੇ ਕੋਈ ਬੈਰੀ ਲੱਗਦਾ ਤੇ ਨਾ ਹੀ ਕੋਈ ਬੇਗਾਨਾ ਲੱਗਦਾ ਹੁਣ ਤੇ ਸਾਰਿਆਂ ਦੇ ਨਾਲ ਬਣ ਆਈ ਐ ਕੋ ਸਤਨਾਮ ਸ੍ਰੀ ਵਾਹਿਗੁਰੂ ਪਰ ਇੱਥੇ ਦੁਨੀਆ ਤੇ ਚੋਰ ਦੀ ਚੋਰ ਨਾਲ ਬਣ ਆਉਂਦੀ ਏ ਬੋਲੋ ਚੋਰ ਦੀ ਚੋਰ ਨਾਲ ਬਣ ਆਉਂਦੀ ਏ ਠੱਗ ਦੀ ਠੱਗ ਨਾਲ ਬਣ ਆਉਂਦੀ ਐ ਪਰ ਜੇ ਚੋਰ ਦੀ ਚੋਰ ਨਾਲ ਬਣਦੀ ਐ ਠੱਗ ਦੀ ਠੱਗ ਨਾਲ ਬਣਦੀ ਐ ਤੇ ਫਿਰ ਇਹ ਵੀ ਅਵਸ਼ਯੀ ਵੀ ਇਮਾਨਦਾਰ ਦੀ ਇਮਾਨਦਾਰ ਨਾਲ ਵੀ ਬਣਦੀ ਹੋਵੇਗੀ ਬੋਲੋ ਹੈਨਾ ਇਮਾਨਦਾਰ ਦੀ ਇਮਾਨਦਾਰ ਨਾਲ ਵੀ ਬਣਦੀ ਹੋਵੇਗੀ ਇਸ ਕਰਕੇ ਕਹੇ ਸੀਗੇ ਇਹਨੂੰ ਇੰਜ ਕਿਹਾ ਜਾਂਦਾ ਮਨ ਮੇਲੀ ਕਰ ਮੇਲ ਮਿਲੰਦੇ ਜਦੋਂ ਮਨ ਮਿਲ ਜਾਵੇ ਨਾ ਉਦੋਂ ਦੋਸਤੀਆਂ ਪੈ ਜਾਂਦੀਆਂ ਨੇ ਫਿਰ ਚੋਰ ਦਾ ਮਨ ਚੋਰ ਨਾਲ ਮਿਲ ਗਿਆ ਚੋਰ ਦਾ ਮਨ ਚੋਰ ਨਾਲ ਮਿਲ ਗਿਆ ਤੇ ਜਿਹੜਾ ਦਿਲ ਦਾ ਸਾਫ਼ ਹੈ ਉਹਦਾ ਮਨ ਦਿਲ ਦੇ ਸਾਫ ਲੋਕਾਂ ਨਾਲ ਮਿਲ ਗਿਆ ਆਕੋ ਸਤ ਨਾਮ ਸ੍ਰੀ ਮੈਂ ਤੇ ਗੱਲ ਆਖਣ ਲੱਗਾ ਵਾਂ ਸਾਰੇ ਸੁਣਿਆ ਜੀ ਅਸੀਂ ਜਿੱਥੇ ਵੀ ਜਾਂਦੇ ਆ ਨਾ ਜਿਹੋ ਜਿਹਾ ਸਾਡੀ ਆਬਾ ਹੁੰਦੀ ਏ ਜਿਹੋ ਜਿਹਾ ਸਾਡਾ ਔਰਖ ਹੁੰਦਾ ਹੈ ਜਿਹੋ ਜਿਹਾ ਸਾਡਾ ਬੋਲ ਚਾਲ ਹੁੰਦਾ ਹੈ ਜਿਹੋ ਜਿਹਾ ਸਾਡਾ ਵਿਵਹਾਰ ਹੁੰਦਾ ਹੈ ਜਿਹੋ ਜਿਹਾ ਅਸੀਂ ਵਾਤਾਵਰਨ ਦੇ ਵਿੱਚ ਰਹਿੰਨੇ ਆ ਅਸੀਂ ਦੁਨੀਆ ਦੇ ਵਿੱਚ ਕਿਤੇ ਵੀ ਜਾਈਏ ਉਹੋ ਜਿਹਾ ਵਾਤਾਵਰਨ ਆਪਣਾ ਬਣਾ ਲੈਨੇ ਆ ਆਕੋ ਸਤ ਨਾਮ ਸ੍ਰੀ ਜੇ ਮੈਂ ਚੰਗਾ ਮਾ ਤਾਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਵਾਂ ਮੇਰੇ ਚੰਗੇ ਦੋਸਤ ਬਣਨਗੇ ਤੇ ਜੇ ਮੈਂ ਮਾੜਾ ਮਾ ਕਿ ਮੈਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵਾਂ ਮੈਨੂੰ ਉੱਥੇ ਵੀ ਮਾੜੇ ਬੰਦੇ ਲੱਭ ਜਾਣਗੇ ਆ ਕੋ ਸਤਨਾਮ ਸ੍ਰੀ ਹਾਂ ਹੁਣ ਅੱਗੇ ਆਏ ਜੇ ਵੀ ਚਾਰ ਨੂੰ ਥੋੜਾ ਜਿਹਾ ਬਰੀਕੀ ਵਿੱਚ ਲੈ ਕੇ ਜਾਈਏ ਨਾ ਕਿੰਦੇ ਪਾਤਸ਼ਾਹ ਤੁਹਾਡੇ ਘਰ ਦੀ ਬਾਣੀ ਪੜ ਕੇ ਨਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਪਾਤਸ਼ਾਹ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ ਅਗਲੀ ਤੁਕ ਪੜ ਦਿੱਤੀ ਕਹਿੰਦੇ ਸਬ ਕੋ ਮੀਤ ਖਮ ਆਪਨ ਕੀਨਾ ਹਮ ਸਬਨਾ ਕੇ ਸਾਜਨ ਪਾਤਸ਼ਾ ਸਾਰੇ ਆਪਣੇ ਲੱਗਦੇ ਨੇ ਬੇਗਾਨਾ ਕੋ ਲੱਗਦਾ ਹੀ ਨਹੀਂ ਪਿਆ ਨਾਲੇ ਜਿਹੜੀ ਸਿੱਖਿਆ ਤੁਸੀਂ ਸਾਨੂੰ ਦਿੱਤੀ ਏ ਇਹਦੇ ਵਿੱਚ ਤੇ ਬੇਗਾਨਗੀ ਦਾ ਅਹਿਸਾਸ ਹੀ ਨਹੀਂ ਇਹਦੇ ਵਿੱਚ ਸਾਰੇ ਰੱਬ ਦੇ ਬੰਦੇ ਲੱਗਦੇ ਨੇ ਸਾਰੇ ਆਪਣੇ ਲੱਗਦੇ ਨੇ ਬਿਨਾ ਭੇਦ ਭਾਪ ਦੇ ਫਾਜ਼ਲੀ ਨੇ ਦੂਸਰਾ ਪੱਖ ਸੁਣਿਆ ਕਹਿੰਦੇ ਪਰ ਇਹ ਤੇ ਕਹਿ ਰਹੇ ਨੇ ਤੁਸੀਂ ਦੁਸ਼ਮਣ ਦੇ ਮੂੰਹ ਦੇ ਵਿੱਚ ਪਾਣੀ ਪਾਉਂਦੇ ਹੋ ਕਹਿੰਦੇ ਪਾਤਸ਼ਾਹ ਜਦੋਂ ਮੈਨੂੰ ਦੁਸ਼ਮਣ ਨੂੰ ਕੋਈ ਲੱਗਦਾ ਹੀ ਨਹੀਂ ਮੈਨੂੰ ਸਾਰੇ ਆਪਣੇ ਲੱਗਦੇ ਨੇ ਹੁਣ ਐਸੇ ਸਮੇਂ ਤੇ ਪਾਤਸ਼ਾਹੀ ਖਿੜ ਖੜਾ ਕੇ ਹੱਸੇ ਹੁਣ ਸੁਣਿਆ ਜੀ ਪਾਤਸ਼ਾਹ ਕਹਿੰਦੇ ਸਿੱਖੋ ਇੱਕ ਚੀਜ਼ ਤੁਹਾਡੇ ਸਮਝ ਦੇ ਵਿੱਚ ਨਹੀਂ ਆਈ ਕਨਈਆ ਜੀ ਦੀ ਕਹਿੰਦੇ ਪਾਤਸ਼ਾਹ ਕਿਹੜੀ ਨਹੀਂ ਆਈ ਸਾਨੂੰ ਤੇ ਜੋ ਸਮਝ ਵਿੱਚ ਪੈ ਰਿਹਾ ਉਹ ਛੱਕੀ ਛੱਕੀ ਜਿਹਾ ਹੋਇਆ ਪਿਆ ਕੰਮ ਅਸੀਂ ਦੁਸ਼ਮਣ ਨੂੰ ਮਾਰਦੇ ਆਂ ਪਾਤਸ਼ਾਹ ਕਹਿੰਦੇ ਬਸ ਆਖੀ ਫਰਕ ਐ ਤੁਸੀਂ ਦੁਸ਼ਮਣ ਮਾਰਦੇ ਹੋ ਇਹ ਦੁਸ਼ਮਣੀ ਮਾਰਦਾ ਪਿਆ ਆਖੋ ਸਤਨਾਮ ਸ੍ਰੀ ਫਰਕ ਪੈ ਗਿਆ ਨਾ ਦੋ ਚੀਜ਼ਾਂ ਦੇ ਅੰਦਰ ਪਾਤਸ਼ਾਹ ਕਹਿੰਦੇ ਤੁਸੀਂ ਦੁਸ਼ਮਣ ਮਾਰਦੇ ਹੋ ਇਹ ਦੁਸ਼ਮਣੀ ਮਾਰਦਾ ਪਿਆ ਇੱਕ ਵੈਸੇ ਖਿਆਲ ਕਰਿਆ ਜੇ ਜਦੋਂ ਕਿਸੇ ਦੇ ਅੰਦਰ ਦੁਸ਼ਮਣੀ ਹੋਵੇਗੀ ਤਾਂ ਹੀ ਦੁਸ਼ਮਣ ਬਣੇਗਾ ਨਾ ਜੇ ਉਹਦੇ ਅੰਦਰ ਦੁਸ਼ਮਣੀ ਨਹੀਂ ਤੇ ਮੇਰਾ ਦੁਸ਼ਮਣ ਕਿਵੇਂ ਬਣੇਗਾ ਬੋਲੋ ਕਿਸੇ ਦੇ ਅੰਦਰ ਦੁਸ਼ਮਣੀ ਹੋਵੇਗੀ ਤਾਂ ਦੁਸ਼ਮਣ ਬਣੇਗਾ ਜੇ ਉਹਦੇ ਅੰਦਰ ਦੁਸ਼ਮਣੀ ਨਹੀਂ ਤੇ ਉਹ ਫਿਰ ਮੇਰਾ ਦੁਸ਼ਮਣ ਕਿਵੇਂ ਹੋਵੇਗਾ ਪਾਤਸ਼ਾਹ ਕਹਿੰਦੇ ਬਸ ਥੋੜਾ ਥੋੜਾ ਜਿਹਾ ਫਰਕ ਹੈ ਇਹ ਦੁਸ਼ਮਣ ਨੂੰ ਮਾਰਦੇ ਨੇ ਤੇ ਜਿਹੜਾ ਕੰਮ ਤੂੰ ਕਰਦਾ ਪਿਆ ਨਾ ਸਹਿਬ ਜੀ ਕਹਿੰਦੇ ਦੁਸ਼ਮਣੀ ਨੂੰ ਮਾਰਦਾ ਹੈ ਪਾਤਸ਼ਾਹ ਕਹਿੰਦੇ ਜਦੋਂ ਕਿਸੇ ਦੇ ਅੰਦਰ ਦੁਸ਼ਮਣੀ ਮੁੱਕ ਜਾਂਦੀ ਉਹ ਤੁਹਾਡਾ ਦੁਸ਼ਮਣ ਰਹਿੰਦਾ ਹੀ ਨਹੀਂ ਸਹਿਬ ਕਹਿੰਦੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਭਾਈ ਕਨਈਆ ਕਿਸੇ ਡਿੱਗੇ ਪਏ ਦੇ ਮੂੰਹ ਦੇ ਵਿੱਚ ਪਾਣੀ ਪੋਂਦਾ ਨਾ ਤੇ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਖੁੱਲ੍ਹਦੀਆਂ ਅੱਖਾਂ ਦੇ ਵਿੱਚ ਭਾਈ ਕਨਈਏ ਦਾ ਚਿਹਰਾ ਵੇਖਦਾ ਹੈ ਪਾਤਸ਼ਾਹ ਕਹਿੰਦੇ ਉਸ ਤੋਂ ਬਾਅਦ ਤੁਹਾਡੇ ਵਿਰੁੱਧ ਤੀਗ ਚਲਾਉਣ ਵਾਸਤੇ ਉਹ ਬੱਚਦਾ ਹੀ ਨਹੀਂ ਬਾਕੀ ਸਾਰੇ ਸਿੱਖ ਹੈਰਾਨ ਹੋ ਗਏ ਕਹਿੰਦੇ ਪਾਤਸ਼ਾਹ ਤੁਹਾਡੀ ਸੋਚ ਦੀ ਉਡਾਰੀ ਬੜੀ ਉੱਚੀ ਹੈ ਪਾਤਸ਼ਾਹ ਕਹਿੰਦੇ ਇਹੀ ਉਡਾਰੀਆਂ ਮੈਂ ਆਪਣੇ ਸਿੱਖ ਦੀਆਂ ਲਮਾਉਣੀਆਂ ਨੇ ਹੁਣ ਇੱਕ ਅੰਦਾਜ਼ਾ ਲਾਓ ਵੀ ਇਹ ਪਾਣੀ ਕਿਸ ਸਮੇਂ ਦੇ ਵਿੱਚ ਭਲਾਇਆ ਗਿਆ ਮੈਂ ਸਵੇਰ ਦੇ ਦਿਮਾਨ ਵਿੱਚ ਜਾਂ ਸ਼ਾਇਦ ਕੱਲ ਦੇ ਦਿਮਾਨ ਵਿੱਚ ਇੱਕ ਅਰਜ਼ ਕੀਤੀ ਸੀ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਆਉਣ ਵਾਲਾ ਪਾਣੀ ਦਾ ਨਾਲਾ ਪੱਥਰ ਲਾ ਕੇ ਬੰਦ ਕਰ ਦਿੱਤਾ ਸੀ ਤੇ ਆਨੰਦਪੁਰ ਸਾਹਿਬ ਨੂੰ ਪਾਣੀ ਆਉਣ ਵਾਲਾ ਖਤਮ ਹੋ ਗਿਆ ਉਸ ਸਮੇਂ ਦੇ ਵਿੱਚ ਪਾਤਸ਼ਾਹ ਕਹਿੰਦੇ ਭਾਵੇਂ ਆਪਣਾ ਪਾਣੀ ਦਾ ਨਾਲਾ ਬੰਦ ਕਰ ਦਿੱਤਾ ਗਿਆ ਇਹ ਬਾਪੂ ਸੂਨ ਸਿੰਘ ਸੀਤਲ ਦੀ ਲਿਖਤ ਹੈ ਮੈਂ ਬਕਾਇਦਾ ਹਵਾਲਾ ਵੀ ਦੇ ਦਿਆਂ ਪਾਤਸ਼ਾਹ ਕਹਿੰਦੇ ਭਾਵੇਂ ਆਪਣਾ ਪਾਣੀ ਵਾਲਾ ਨਾਲਾ ਬੰਦ ਕਰ ਦਿੱਤਾ ਗਿਆ ਸਾਹਿਬ ਜੀ ਕਹਿੰਦੇ ਪਰ ਆਪਾਂ ਜੰਗ ਦੇ ਮੈਦਾਨ ਵਿੱਚ ਪਾਣੀ ਨਹੀਂ ਬੰਦ ਕਰਨਾ ਪਾਤਸ਼ਾਹ ਜੀ ਕਹਿੰਦੇ ਕਨਯਾਜੀ ਦੇ ਕੇ ਆਇਆ ਕਰੋ ਤੇ ਨਾਲੇ ਹੱਸ ਕੇ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਸਾਹਿਬ ਜੀ ਕਹਿੰਦੇ ਕਨਈਆ ਇਹ ਜੰਗ ਦੇ ਮੈਦਾਨ ਦੇ ਵਿੱਚ ਮਾਰਨ ਵੇਲੇ ਕਸਰ ਨਹੀਂ ਛੱਡਦੇ ਤੇ ਤੁਸੀਂ ਬਚਾਉਣ ਵੇਲੇ ਕਸਰ ਕਿਉਂ ਛੱਡਦੇ ਪਏ ਹੋ ਕਨਈਆ ਜੀ ਕਹਿੰਦੇ ਪਾਤਸ਼ਾਹ ਉਹ ਕਿਵੇਂ ਤੇ ਭਾਈ ਵੀਰ ਸਿੰਘ ਲਿਖਦੇ ਨੇ ਕਹਿੰਦੇ ਹੱਸੇ ਕੀ ਲਿਖਦੇ ਨੇ ਭਾਈ ਵੀਰ ਸਿੰਘ ਕਹਿੰਦੇ ਹੱਸੇ ਸਤਗੁਰੂ ਖਿੜਖੜਾ ਕੇ ਹੱਸੇ ਅੱਜ ਤੇ ਦਿਮਾਨ ਦੇ ਵਿੱਚ ਕੋਈ ਗੱਲ ਵੀ ਕਰ ਦੇਵੇ ਨਾ ਹਾਸੇ ਦੀ ਤੇ ਸੰਗਤ ਹੱਸਣ ਲੱਗ ਪਏ ਤੇ ਕਈ ਮੈਂ ਦੇਖਿਆ ਪਤਾ ਨਹੀਂ ਗੁਰਸਿੱਖੀ ਦਾ ਕਿੱਥੋਂ ਸਰਟੀਫਿਕੇਟ ਚੱਕੀ ਫਿਰਦੇ ਆ ਹਕੀਕਤ ਇਹ ਅੱਜ ਦੀ ਪਤਾ ਨਹੀਂ ਕਿੱਥੋਂ ਸਰਟੀਫਿਕੇਟ ਲਿਆ ਹੋਇਆ ਉਹਨਾਂ ਨੇ ਵੱਡੇ ਮਰਿਆਦਾ ਪਰਸ਼ੋਤਮ ਦਾ ਸ਼ਬਦ ਨਹੀਂ ਆਉਂਦੇ ਹੁੰਦੇ ਮੇਰੇ ਨਾਲ ਬੜੀ ਬੜੀ ਬਾਹ ਪਿਆ 10 ਗੁਰਬਾਣੀ ਦੇ ਸ਼ਬਦ ਜ਼ੁਬਾਨੀ ਨਹੀਂ ਸੁਣਾ ਸਕਦੇ ਤੇ ਮਰਿਆਦਾ ਪਰਸ਼ੋਤਮ ਰਾਗੀਆਂ ਕਥਾ ਬਾਤਕਾਂ ਦੀਆਂ ਬਾਹ ਪੜਦੇ ਫਿਰਨਗੇ ਦਿਓ ਜਵਾਬ ਦੇਖੋ ਲੈਵਲ ਦੇ ਸਾਹਬ ਨਾਲ ਜਵਾਬ ਦਿੱਤਾ ਜਾਣਾ ਕੋ ਸਤਨਾਮ ਸ੍ਰੀ ਹਕੀਕਤ ਇਹ ਹੈ ਵੈਸੇ ਪਰ ਚਲੋ خیر ਮੈਂ ਉਦਾਹਰਣ ਤੁਹਾਨੂੰ ਦੇ ਰਿਹਾ ਮੈਂ ਅੱਜ ਦੇ ਖਲਾਤ ਕੁਝ ਐਸੇ ਬਣ ਚੁੱਕੇ ਨੇ ਪਰ ਇੱਕ ਚੀਜ਼ ਯਤੇ ਰੱਖਿਆ ਜੇ ਗੁਰਸਿੱਖੀ ਹੈ ਕੀ ਆ ਕੋ ਸਤਨਾਮ ਸ੍ਰੀ ਆ ਸੁਣਿਆ ਜੇ ਧਿਆਨ ਦੇ ਨਾਲ ਵਿਚਾਰ ਨੂੰ ਥੋੜਾ ਜਿਹਾ ਮੈਂ ਸੰਕੋਚਨ ਲਗਮ ਗੁਰਸਿੱਖੀ ਹੈ ਕੀ ਇੱਥੇ ਸਾਨੂੰ ਵਿਚਾਰਨਾ ਪੈਣਾ ਹੈ ਗੁਰਸਿੱਖੀ ਕੱਲਾ ਇਹ ਥੋੜਾ ਵੀ ਤੁਸੀਂ ਪੰਜ ਕਕਾਰ ਪਾ ਲਏ ਤੇ ਕਹਿ ਦਿੱਤਾ ਮੈਂ ਗੁਰੂ ਦਾ ਸਿੱਖ ਬਣਿਆ ਇਹ ਤੇ ਅਜੇ ਪਿਆਰਿਆ ਤੇਰਾ ਦਾਖਲਾ ਹੋਇਆ ਇਹ ਤੇ ਸਕੂਲ ਦੀ ਤੂੰ ਵਰਦੀ ਪਾਈ ਹੈ ਸਿਲੇਬਸ ਤੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਤੇਰਾ ਸਿਲੇਬਸ ਹੈ ਬੋਲੋ ਇੱਕ ਇੱਕ ਸ਼ਬਦ ਤੇਰਾ ਸਿਲੇਬਸ ਹੈ ਇਹਨੂੰ ਕਮਾ ਪਰ ਇੱਥੇ ਤੇ ਮਾੜੇ ਦੇਖੋ ਗੱਲ ਹਾਸੇ ਦੀ ਕਰ ਦਈਏ ਤੇ ਕਈਆਂ ਦੇ ਪਤਾ ਨਹੀਂ ਮੂੰਹ ਖਰੇ ਐਸਾ ਹੁੰਦਾ ਐਡੀ ਘੂਰੀ ਜੀ ਵੱਟ ਕੇ ਕਹਿਣਗੇ ਦੇਖੋ ਜੀ ਇੱਥੇ ਕਥਾ ਘਟ ਤੇ ਕਮੇਡੀ ਜਿਆਦੀ ਕਰਦਾ ਪਿਆ ਇੰਜ ਕਹਿੰਦੇ ਆ ਉਹ ਕਿਹੜਾ ਧਰਮ ਹੈ ਜਿਹੜਾ ਹੱਸਣ ਵੇਲੇ ਤੁਸੀਂ ਹੱਸ ਨਹੀਂ ਸਕਦੇ ਰੋਣ ਵੇਲੇ ਰੋ ਨਹੀਂ ਸਕਦੇ ਇਹ ਕਿਹੜਾ ਧਰਮ ਹੈ ਭਾਈ ਮੈਨੂੰ ਵੀ ਸਮਝਾਇਆ ਜਾਵੇ ਗੁਰਬਾਣੀ ਦਾ ਪਾਵਨ ਬਚਨ ਹੈ ਸਹਿਬ ਜੀ ਕਹਿੰਦੇ ਹਰ ਜਨ ਗੁਨ ਗਾਵਤ ਹਸਿਆ ਬਲੋ ਗੁਰਬਾਣੀ ਦੀ ਤੋਕ ਹਾਸਤ ਖੇਲਤ ਤੇਰੇ ਦੇਹਰੇ ਆਇਆ ਇਹ ਤੇ ਹਸਣ ਵੇਲੇ ਭਾਈ ਹੱਸਣਾ ਵੀ ਆ ਕੋ ਸਤਨਾਮ ਸ੍ਰੀ ਸਿੱਖ ਇਤਿਹਾਸ ਕਦੀ ਪੜ ਕੇ ਦੇਖੋ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਸੱਜਣ ਹੈ ਜਿਹਦਾ ਨਾਮ ਹੈ ਭਾਈ ਸੁਤਰਾ ਉਹਦਾ ਕੰਮ ਕੀ ਹੈ ਸੰਗਤ ਨੂੰ ਹਸਾਉਣਾ ਉਹਦਾ ਕੰਮ ਕੀ ਸੰਗਤ ਨੂੰ ਦੇਖੋ ਅੱਜ ਦੇ ਸਮੇਂ ਵਿੱਚ ਜਦੋਂ ਚਿਹਰੇ ਮੁਰਝਾਏ ਪਏ ਨੇ ਲੋਕਾਂ ਦੇ ਬੋਲੋ ਚਿਹਰੇ ਹਵਾ ਦੀ ਨਹੀਂ ਤੁਸੀਂ ਕੱਢਦੇ ਪਏ ਤੁਹਾਡੀ ਗੱਲ ਥੋੜਾ ਕੀਤੀ ਬੋਲ ਤੇ ਪਉ ਨਾਲ ਹਨਾ ਇਹਦੇ ਨਾਲ ਨਾ ਕਿਹਾ ਕਰੋ ਆਪਣੇ ਤੇ ਨਹੀਂ ਗੱਲ ਨੂੰ ਲਾਉਣਾ ਸਮੂੱਚੀ ਗੱਲ ਅੱਜ ਦੇ ਸਮੇਂ ਵਿੱਚ ਜਦੋਂ ਅੰਦਰੋਂ ਦੇਖੋ ਅਸੀਂ ਨਾ ਵਿਕਾਸ ਕੀਤਾ ਹੈ ਅਸੀਂ ਵਿਕਾਸ ਕੀਤਾ ਹੈ ਬੜਾ ਵਿਕਾਸ ਹੋ ਗਿਆ ਅਸੀਂ ਵਿਕਾਸ ਤੇ ਕੀਤਾ ਪਰ ਵਿਕਾਸ ਖਤਮ ਕਰ ਲਿਆ ਅੱਜ ਸਾਡੇ ਅੰਦਰੋਂ ਵਿਕਾਸ ਖਤਮ ਹੈ ਅਸੀਂ ਉੱਤੋਂ ਤੱਕ ਕੋਈ ਪੁੱਛਦਾ ਭਾਵੇਂ ਰੋਂਦੇ ਜੇ ਹੋਈਏ ਕੀ ਖਾਲ ਐ ਰੋਂਦਾ ਰੋਂਦਾ ਵੀ ਕਹਿੰਦੇ ਹੁੰਦੇ ਚੜ੍ਹਦੀ ਕਲਾ ਇਹ ਕਿਹੜੀ ਚੜ੍ਹਦੀ ਕਲਾ ਹੈ ਚੜ੍ਹਦੀ ਕਲਾ ਤੇ ਤੇਰੇ ਜੀਵਨ ਵਿੱਚੋਂ ਝਲਕੇ ਤੇਰੀ ਅਦਾ ਦੇ ਵਿੱਚੋਂ ਦਿਸੇ ਵੀ ਸਿੰਘ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਚੜ੍ਹਦੀ ਕਲਾ ਪਰ ਮੈਂ ਬੜਾ ਹੈਰਾਨ ਆ ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਦੇ ਚਿਹਰੇ ਤੇ ਹਾਸਾ ਤੁਸੀਂ ਲਿਆ ਦਿੰਦੇ ਹੋ ਨਾ ਮੇਰਾ ਮੰਨਣਾ ਇਹ ਆ ਵੀ ਇਹ ਵੀ ਬੜਾ ਵੱਡਾ ਪੁੰਨ ਜੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਹਕੀਕਤ ਅੱਜ ਦੀ ਇਹ ਹੈ ਜਦੋਂ ਲੋਕਾਂ ਦੇ ਚਿਹਰੇ ਮੁਰਝਾਏ ਜੇ ਪਏ ਨੇ ਤੇ ਪਤਾ ਨਹੀਂ ਕੀ ਕਾਰਨ ਹੈ ਉਂਝ ਭਾਵੇਂ ਨਾ ਹੱਸਣ ਤੇ ਸਵੇਰੇ ਸਵੇਰੇ ਪਾਰਕ ਦੇ ਵਿੱਚ ਜਾ ਕੇ ਉੱਚੀ ਉੱਚੀ ਝੂਠਾ ਜਾ ਹਾ 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 ਕਰਦੇ ਫਿਰ ਜੀ ਬੋਲੋ ਹੋ ਰਿਹਾ ਕਿ ਨਹੀਂ ਹੋ ਰਿਹਾ ਬੋਲੋ ਨਾ ਪੈਣੋ ਸੱਚ ਹੈ ਕਿ ਨਹੀਂ ਸੱਚ ਸਵੇਰੇ ਸਵੇਰੇ ਪਾਰਕ ਇਹ ਕੀ ਇੱਕ ਐਕਸਰਸਾਈਜ਼ ਹੋ ਰਹੀ ਹੈ ਤੇ ਜਿਹੜਾ ਨੈਚੁਰਲ ਖਾਸਾ ਉਹਨੂੰ ਕਿਉਂ ਦਬਾਉਂਦੇ ਹੋ ਉਹ ਵੀ ਹੱਸਿਆ ਕਰੋ ਨਾ ਜਦੋਂ ਕੁਦਰਤੀ ਗੱਲ ਕੋ ਹਾਸੇ ਵਾਲੀ ਹੁੰਦੀ ਖੜਖੜਾ ਕੇ ਹੱਸੋ ਇਹ ਕਿਹੜਾ ਧਰਮ ਹੈ ਜਿਹੜਾ ਤੁਹਾਨੂੰ ਹੱਸਣ ਤੋਂ ਵੀ ਰੋਕਦਾ ਪਿਆ ਪਰ ਮੈਂ ਬੜਾ ਹੈਰਾਨ ਆ ਇੱਥੇ ਕੋਈ ਗੱਲ ਹਾਸੇ ਵਾਲੀ ਕਰ ਦਿਓ ਜਾਂ ਕੋਈ ਕੀਰਤਨੀਆਂ ਗੱਲ ਕਰ ਦੇਵੇ ਤੇ ਪਤਾ ਕੀ ਕਹਿਣਗੇ ਇਹ ਦੇਖੋ ਜੀ ਕਥਾ ਘਟ ਤੇ ਕਮੇਡੀ ਜਾਦੀ ਇਹ ਦਾ ਕੀ ਮਤਲਬ ਹੋਇਆ ਭਾਈ ਸੁਥਰੇ ਸ਼ਾਦੀ ਹਿਸਟਰੀ ਪੜ ਕੇ ਦੇਖੋ ਉਹ ਕੋਈ ਵੀ ਗੱਲ ਕਰਦਾ ਸੀ ਉਹਦਾ ਅੰਦਾਜ਼ ਬੜਾ ਹਾਸੇ ਵਾਲਾ ਹੁੰਦਾ ਸੀ ਆਕੋ ਸਤਨਾਮ ਸ੍ਰੀ ਜੀ ਕਹੋ ਤਾਂ ਤੁਹਾਨੂੰ ਇੱਕ ਘਟਨਾ ਸੁਣਾ ਦਿਆਂ ਬੋਲੋ ਨਾ ਮੜ ਗਿਆ ਸੁਣਾ ਦਈਏ ਭਾਈ ਗਗਨਦੀਪ ਸਿੰਘ ਸਾਹਮਣੇ ਬੈਠੇ ਆ ਮੈਂ ਕਹੇ ਨਾ ਨਾ ਕਿਣ ਸਾਮਾ ਸਾਡਾ ਬੜਾ ਧਿਆਨ ਰੱਖਣਾ ਪੈਣਾ ਸਮੇਂ ਦਾ ਪਰ ਇੱਕ ਛੋਟੀ ਜੀ ਘਟਨਾ ਤੁਹਾਨੂੰ ਸੁਣਾਉਣਾ ਉਥੋਂ ਅੰਦਾਜ਼ਾ ਲਾਇਆ ਜੀ ਵੀ ਸਿੱਖ ਇਤਿਹਾਸ ਕੀ ਚੀਜ਼ ਹੈ ਅਸੀਂ ਨਾ ਸਮਝਣ ਵਿੱਚ ਹੀ ਗੁਰਮਤ ਨੂੰ ਦੇਰੀ ਕਰਤੀ ਐਸਾ ਧਰਮ ਬਾਪੂ ਨੇ ਬਣਾਇਆ ਨਹੀਂ ਸੀ ਜਿੰਨੀਆਂ ਬੰਦਸ਼ਾਂ ਅੱਜ ਅਸੀਂ ਦੁਨੀਆ ਤੇ ਲਾਤੀਆਂ ਇਹੋ ਜੀਆਂ ਹੈ ਨਹੀਂ ਸੀ ਇਹ ਤੇ ਖੁੱਲ ਕੇ ਜੀਉਣ ਦਾ ਨਾਮ ਸੀ ਗੁਰਸਿੱਖੀ ਸੁਣੇ ਅੱਜ ਇੱਕ ਛੋਟੀ ਜੀ ਵਿਚਾਰ ਲਗਾਵਾ ਦੇਨ ਭਾਈ ਸੁਥਰਾ ਜੀ ਕੀ ਨਾਮ ਭਾਈ ਭਾਈ ਹਾਂ ਇਹਨਾਂ ਦਾ ਨਾਮ ਸੁਥਰਾ ਕਿਵੇਂ ਪਿਆ ਪਤਾ ਤੁਹਾਨੂੰ ਨਹੀਂ ਥੋੜਾ ਜਿਆਦਾ ਦੱਸ ਦੇ ਨਾ ਮਾਂ ਜੰਮਦੇ ਬੱਚੇ ਦੇ ਪ੍ਰਾਚੀਨ ਸਮੇਂ ਦੇ ਵਿੱਚ ਜੇ ਦੰਦੀਆਂ ਹੁੰਦੀਆਂ ਸੀ ਨਾ ਛੋਟੀਆਂ-ਛੋਟੀਆਂ ਤੇ ਲੋਕੀ ਕਹਿੰਦੇ ਸੀ ਓਹੋ ਅਸਲ ਦੇ ਵਿੱਚ ਲੌਜਿਕ ਤੇ ਇਹ ਸੀ ਵੀ ਜਦੋਂ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਨਾ ਨਿਆਣਾ ਬੱਚਾ ਕਹੇ ਉਹ ਜ਼ਖਮ ਕਰ ਸਕਦਾ ਲੌਜਿਕ ਤੇ ਇਹ ਹੋਵੇਗਾ ਹੈਨਾ ਪਰ ਉਹ ਕੀ ਅਪਣਾ ਲਿਆ ਜਾਂਦਾ ਸੀ ਕਹਿੰਦੇ ਓਹੋ ਜੇ ਜੰਮਦੇ ਬੱਚੇ ਦੀਆਂ ਥੋੜੀਆਂ-ਥੋੜੀਆਂ ਦੰਦੀਆਂ ਨੇ ਕਹਿੰਦੇ ਬੱਚਾ ਬਹੁਤ ਮਾੜਾ ਹੈ ਆ ਕੋ ਸਤਿਨਾਮ ਸ੍ਰੀ ਤੇ ਲੋਕੀ ਬੱਚੇ ਨੂੰ ਛੱਡ ਦਿੰਦੇ ਹੁੰਦੇ ਸੀ ਮਾਰ ਦਿੰਦੇ ਹੁੰਦੇ ਸੀ ਦੱਬ ਦਿੰਦੇ ਹੁੰਦੇ ਸੀ ਕਹਿੰਦੇ ਪਾਤਸ਼ਾਹ ਆ ਰਹੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਆ ਰਹੇ ਨੇ ਤੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ ਪਾਤਸ਼ਾਹ ਜੀ ਕਹਿੰਦੇ ਪਤਾ ਕਰੋ ਵੀ ਬੱਚਾ ਰੋ ਰਿਹਾ ਇੱਥੇ ਇੱਥੇ ਬੱਚੇ ਦੇ ਰੋਣ ਦਾ ਕੀ ਮਤਲਬ ਹੈ ਕਿਸੇ ਨੇ ਦੱਸਿਆ ਕਹਿੰਦੇ ਪਾਤਸ਼ਾਹ ਗੰਦਗੀ ਦੇ ਢੇਰ ਤੇ ਕਿਸੇ ਨੇ ਬੱਚਾ ਸੁੱਟ ਦਿੱਤਾ ਪਾਤਸ਼ਾਹ ਜੀ ਕਹਿੰਦੇ ਕਿਉਂ ਕਿਉਂ ਬੱਚਾ ਸੁੱਟ ਦਿੱਤਾ ਉਹ ਨੇੜੇ ਜਾ ਕੇ ਵੇਖਿਆ ਕਹਿੰਦੇ ਪਾਤਸ਼ਾਹ ਸ਼ਾਇਦ ਛੋਟੇ ਜਿਹੇ ਬੱਚੇ ਦੇ ਡਿੱਕੇ-ਨਿੱਕੇ ਦੰਦ ਨੇ ਦੇ ਦੰਦਾਂ ਵਾਲੇ ਬੱਚੇ ਨੂੰ ਮਾੜਾ ਸਮਝਿਆ ਜਾਂਦਾ ਹੈ ਸ਼ਾਇਦ ਮਾਪਿਆਂ ਨੇ ਇਸ ਕਰਕੇ ਛੱਡ ਦਿੱਤਾ ਪਾਤਸ਼ਾਹ ਕਹਿੰਦੇ ਚੁੱਕੋ ਕਹਿੰਦੇ ਸਹਿਬ ਜੀ ਬੱਚਾ ਗੰਦਗੀ ਦੇ ਢੇਰ ਤੇ ਪਿਆ ਬਹੁਤ ਗੰਦਾ ਹੈ ਸਹਿਬ ਜੀ ਕਹਿੰਦੇ ਨਵਾਓ ਕੋਈ ਨਾ ਇਹ ਸੁਥਰਾ ਨਿਕਲੇਗਾ ਅਕੋ ਸਾਤਨਾਮ ਸ੍ਰੀ ਇੱਥੋਂ ਪਿਆਸੀ ਨਾਮ ਸੁਥਰਾ ਫਿਰ ਬਣੇ ਸੁਥਰੇ ਸ਼ਾ ਫਿਰ ਸੁਥਰੇ ਸ਼ਾਈ ਪ੍ਰਣਾਲੀ ਅੱਗੇ ਚੱਲੀ ਪਰ ਇੱਕ ਛੋਟੀ ਜੀ ਵਿਚਾਰ ਦੇ ਰਿਹਾ ਮੈਂ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ ਇਹ ਨਾ ਗੁਰੂ ਨਾਨਕ ਦੇ ਘਰ ਦਾ ਇੱਕ ਐਸਾ ਹਾਸੇ ਦਾ ਸਰਤਾਜ ਸੀ ਕੋਈ ਵੀ ਗੱਲ ਕਰਨੀ ਕਿ ਦਾ ਅੰਦਾਜ਼ ਹੁੰਦਾ ਸੀ ਗੱਲ ਬੜੀ ਹੱਸ ਕੇ ਕਰਦੇ ਹੁੰਦੇ ਸੀ ਕਹਿੰਦੇ ਇੱਕ ਦਿਨ ਨਾ ਦੀਵਾਨ ਦੇ ਵਿੱਚ ਇਹ ਬੈਠੇ ਹੋਰ ਵੀ ਸੰਗਤ ਬੈਠੀ ਆਵਾਜ਼ ਨਾ ਕਿਸੇ ਦੀ ਆਵੇ ਹੋਰ ਵੀ ਸੰਗਤ ਬੈਠੀ ਤੇ ਕਹਿੰਦੇ ਇੰਨੀ ਧੀਰ ਨਾਲ ਨਾ ਜਿਹੜੇ ਭਾਈ ਸੁਤਰਾ ਜੀ ਸੀ ਇੱਕ ਸਿੱਖ ਬਲ ਵੇਖਦੇ ਨੇ ਉਹਨੂੰ ਕੁਝ ਐਸੇ ਬੋਲ ਬੋਲਦੇ ਨੇ ਕੁਝ ਵੀ ਬੋਲ ਆ ਪਿਛਲੇ ਦੋ ਇਹਨਾਂ ਨੂੰ ਚੁੱਪ ਕਰਾਓ ਜੀ ਮੜ ਜਾ ਚੁੱਪ ਕਰਾਓ ਇਹਨਾਂ ਨੂੰ ਹਾਂ ਇਕਾਗਰਤਾ ਪੂਰੀ ਭਾਈ ਸੁਤਰਾ ਜੀ ਨੇ ਕੁਝ ਬੋਲ ਬੋਲੇ ਤੇ ਦਬਾ ਦਬ ਦਿਮਾਨ ਦੇ ਵਿੱਚ ਉੱਠ ਕੇ ਚਲੇ ਗਏ ਜਦੋਂ ਦਿਮਾਨ ਦੇ ਵਿੱਚ ਉੱਠ ਕੇ ਚਲੇ ਗਏ ਤੇ ਅੱਜ ਕੱਲ ਬਰਦਾਸ਼ਤ ਸ਼ਕਤੀ ਤੇ ਸਾਡੀ ਹੈ ਹੀ ਖਤਮ ਹੋ ਗਈ ਹੈ ਬੋਲੋ ਸੱਚਾ ਜੀ ਹਾਂ ਉਂਝ ਮੈਂ ਉਤੋਂ ਤੋਂ ਬਹੁਤ ਨਿਮਰਤਾ ਹੈ ਸਚਾਈ ਹੈ ਕੋਈ ਵੀ ਮੈਨੂੰ ਲਾ ਲੋ ਕੋਈ ਹੋਰ ਲਾ ਲੋ ਇਤਨਾ ਤਾਂ ਅਸੀਂ ਵੀ ਸੰਗਤ ਵਿੱਚ ਕਹਿੰਨੇ ਆਂ ਵੀ ਮੈਂ ਸਾਥ ਸੰਗਤ ਤੁਹਾਡੇ ਚਰਨਾਂ ਦੀ ਧੂੜ ਨਾ 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 ਨੇ ਧੂੜ ਅੱਖਾਂ 'ਚ ਬੜੀ ਖਤਰਨਾਕ ਪੈਂਦੀ ਹੁੰਦੀ ਹੈ ਹਕੀਕਤ ਤੇ ਅੱਜ ਦੀ ਇਹ ਹੈ ਭਾਈ ਗੱਲੀ ਬਾਤੀ ਨਿਮਰਤਾ ਸਾਡੇ ਵਿੱਚ ਬੜੀ ਏ ਅਰਦਾਸ ਕਰਿਆ ਜੇ ਗੁਰੂ ਅਗੇ ਸੱਚੀ ਮੁੱਚੀ ਨਿਮਰਤਾ ਆ ਜਾਵੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਵੀਰੋ ਹੋਇਆ ਕੀ ਕਹਿੰਦੇ ਉਸੇ ਵੇਲੇ ਉੱਠਿਆ ਪਾਤਸ਼ਾਹ ਜੀ ਦੇ ਕੋਲ ਜਾ ਕੇ ਕਹਿੰਦਾ ਪਾਤਸ਼ਾਹ ਸਾਹਿਬ ਜੀ ਕਹਿੰਦੇ ਹਾਂ ਜੀ ਕਹਿੰਦੇ ਸਿੱਖ ਬਾਣੀ ਪੜਦਾ ਖੋਵੇ ਤੇ ਕੋ ਗਾਲ ਕੱਢ ਜਾਵੇ ਦੱਸੋ ਇਹ ਕੰਮ ਚੰਗਾ ਪਾਤਸ਼ਾਹ ਜੀ ਕਹਿੰਦੇ ਬਿਲਕੁਲ ਨਹੀਂ ਕੰਮ ਚੰਗਾ ਪਰ ਗਾਲ ਕੱਢੀ ਕਿੰਨੇ ਆ ਕਹਿੰਦਾ ਜੀ ਸੁਥਰੇ ਨੇ ਪਾਤਸ਼ਾਹ ਕਹਿੰਦੇ ਫੜੋ ਤੇ ਮੇਰੇ ਦਰਬਾਰ ਵਿੱਚ ਪੇਸ਼ ਕਰੋ ਉਹ ਜਦੋਂ ਦਰਬਾਰ ਵਿੱਚ ਪੇਸ਼ ਕੀਤਾ ਤੇ ਹੱਥ ਜੋੜ ਕੇ ਆਏ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਯਾਦ ਕੀਤਾ ਸਾਬ ਜੀ ਕਹਿੰਦੇ ਬਿਲਕੁਲ ਤੂੰ ਮਰਿਆਦਾ ਦੀ ਉਲੰਘਣਾ ਕੀਤੀ ਹੈ ਕਹਿੰਦੇ ਪਾਤਸ਼ਾਹ ਮੈਂ ਕਿਹੜੀ ਮਰਿਆਦਾ ਦੀ ਉਲੰਘਣਾ ਕੀਤੀ ਸਾਬ ਜੀ ਕਹਿੰਦੇ ਸੰਗਤ ਦੇ ਕੋਲੋਂ ਤੁਹਾਡੇ ਬਾਰੇ ਪਤਾ ਲੱਗਾ ਮਰਿਆਦਾ ਦੀ ਉਲੰਘਣਾ ਕੀਤੀ ਹੈ ਪਾਤਸ਼ਾਹ ਪਰ ਕਿਹੜੀ ਮਰਿਆਦਾ ਦੀ ਉਲੰਘਣਾ ਸਾਬ ਜੀ ਕਹਿੰਦੇ ਮੁੰਦੇ ਨੂੰ ਸਦੋ ਉਹਨੂੰ ਸਦਿਆ ਗਿਆ ਆਇਆ ਕੋਲ ਪਾਤਸ਼ਾਹ ਕਹਿੰਦੇ ਹਾਂਜੀ ਦੱਸੋ ਸੁਥਰੇ ਨੇ ਕੀਤਾ ਕੀ ਕਹਿੰਦਾ ਸੱਚੇ ਪਾਤਸ਼ਾਹ ਜਦੋਂ ਦਿਮਾਨ ਚੱਲਦਾ ਪਿਆ ਸੀ ਰਾਗੀ ਸਿੰਘ ਸ਼ਬਦ ਪੜ੍ਹਦੇ ਪਏ ਸਨ ਮੈਂ ਸ਼ਬਦ ਸੁਣਦਾ ਪਿਆਸਾ ਉਦੋਂ ਭਾਈ ਸੁਤਰਾ ਮੇਰੇ ਕੋਲ ਆ ਕੇ ਮੈਨੂੰ ਗਾਲਾਂ ਕੱਢ ਗਿਆ ਤੇ ਫਿਰ ਪਾਤਸ਼ਾਹ ਦਿਮਾਨ ਵਿੱਚੋਂ ਦੌੜ ਗਿਆ ਸਹਿਬ ਜੀ ਕਹਿੰਦੇ ਸੁਤਰਾ ਜੀ ਇਹ ਕੰਮ ਕੀਤਾ ਕਹਿੰਦੇ ਪਾਤਸ਼ਾਹ ਮੈਂ ਮੜਾ ਜਿਆ ਕੋਈ ਜਾਣਕਾਰੀ ਲਈ ਗੱਲ ਪੁੱਛ ਸਕਦਾ ਮੈਂ ਪਾਤਸ਼ਾਹ ਜੀ ਕਹਿੰਦੇ ਪੁੱਛੋ ਉਹਨੂੰ ਪੁੱਛਿਆ ਕਹਿੰਦੇ ਵੀ ਮੈਂ ਤੈਨੂੰ ਕਿਹੜੀ ਗਾਲ ਕੱਢੀ ਉਹਨੇ ਉਸੇ ਵੇਲੇ ਦੱਸਿਆ ਕਹਿੰਦੇ ਤੁਸੀਂ ਆ ਗਾਲ ਕੱਢੀ ਤੇ ਭਾਈ ਸੁਤਰਾਦੀ ਕਹਿੰਦੇ ਉਸ ਵੇਲੇ ਚੱਲ ਕੀ ਰਿਆ ਸੀ ਦਿਵਾਨ ਵਿੱਚ ਕਹਿੰਦੇ ਕੀਰਤਨ ਕਹਿੰਦੇ ਰਾਗੀ ਸਿੰਘ ਕੀ ਕਰ ਰਿਹਾ ਇਸਨ ਕਹਿੰਦੇ ਸ਼ਬਦ ਪੜ ਰਹੇ ਸਨ ਤੇ ਭਾਈ ਸੁਤਰਾਦੀ ਕਹਿੰਦੇ ਰਾਗੀ ਸਿੰਘ ਕਿਹੜਾ ਸ਼ਬਦ ਪੜ ਰਿਹਾ ਸੀ ਕਹਿੰਦਾ ਇਹ ਨਹੀਂ ਚੇਤਾ ਕਹਿੰਦਾ ਪਾਤਸ਼ਾਹ ਵੇਖ ਲਓ ਇਹਨੂੰ ਤੁਹਾਡਾ ਮੰਤਰ ਨਹੀਂ ਚੇਤਾ ਪਰ ਇਹਨੂੰ ਮੇਰਾ ਮੰਤਰ ਚੇਤਾ ਜੀ ਸਤੇ ਪਾਤਸ਼ਾਹ ਨੂੰ ਤੁਹਾਡਾ ਮੰਤਰ ਨਹੀਂ ਚੇਤਾ ਪਰ ਮੇਰਾ ਮੰਤਰ ਚੇਤਾ ਹੁਣ ਸਤੇ ਪਾਤਸ਼ਾਹ ਆਪ ਲਓ ਅੰਦਾਜ਼ਾ ਵੀ ਉਹਦਾ ਧਿਆਨ ਕਿੱਥੇ ਸੀ ਆਕੋ ਸਤਨਾਮ ਸ੍ਰੀ ਸਾਰੀ ਸੰਗਤ ਖੇੜ ਖੜਾ ਕੇ ਹੱਸੀ ਪਾਤਸ਼ਾਹੀ ਕਹਿੰਦੇ ਸੁਤਰਾ ਜੀ ਤੇਰੀ ਗੱਲ ਦੇ ਵਿੱਚ ਹੁੰਦਾ ਲੌਜੀਕ ਹੈ ਕੋਈ ਵੀ ਗੱਲ ਤੂੰ ਕਰਦਾ ਹੈ ਨਾ ਉਹ ਗੱਲ ਐਵੇਂ ਨਹੀਂ ਹੁੰਦੀ ਉਸ ਗੱਲ ਦੇ ਪਿੱਛੇ ਕੋਈ ਰਮਜ ਹੁੰਦੀ ਹੈ ਸਾਰੀ ਸੰਗਤ ਖੇੜ ਖੜਾ ਕੇ ਹੱਸੀ ਪਾਤਸ਼ਾਹੀ ਆਪ ਵੀ ਹੱਸੇ ਹੁਣ ਹੱਸਣਾ ਕੋ ਗਨਾ ਥੋੜਾ ਖੋ ਜਾਂਦਾ ਤੁਸੀਂ ਹੱਸੇ ਹੋ ਇਹ ਕੋ ਪਾਪ ਹੋ ਗਿਆ ਪਰ ਇਥੇ ਵੀ ਸਾਡੇ ਵਿੱਚ ਐਸੇ ਲੋਕ ਹੁੰਦੇ ਜਿਹੜੇ ਕਹਿੰਦੇ ਹਾਏ دیਵਾਨ ਦੇ ਵਿੱਚ ਸੰਗਤ ਹੱਸ ਪਈ ਇਹ ਇੱਕ ਨੇਚਰਲ ਪ੍ਰੋਸੈਸ ਹੈ ਬੋਲੋ ਕੁਦਰਤੀ ਕਿਰਿਆ ਨਾ ਜੇ ਜਿਸੇ ਗੱਲ ਤੋਂ ਹਾਸਾ ਆ ਗਿਆ ਉਹਨੂੰ ਦਬਾਉਣਾ ਕਿਉਂ ਹੋਇਆ ਕਿਉਂ ਦਬੋਣਾ ਹੋਇਆ ਹੁਣ ਉਸੇ ਗੱਲ ਤੇ ਆਪਾਂ ਆ ਜੀਏ ਭਾਈ ਕਨਈਆ ਜੀ ਵਾਲੀ ਭਾਈ ਵੀਰ ਸਿੰਘ ਲਿਖਦੇ ਨੇ ਕਹਿੰਦੇ ਜਦੋਂ ਕਨਈਆ ਜੀ ਦੀ ਪੂਰੀ ਗੱਲ ਸੁਣੀ ਤੇ ਦੂਜੇ ਸਿੱਖਾਂ ਦੀ ਸੁਣੀ ਸੱਚੇ ਪਾਤਸ਼ਾਹ ਜੀ ਖਿੜ ਖੜਾ ਕੇ ਹੱਸੇ ਤੇ ਭਾਈ ਵੀਰ ਸਿੰਘ ਲਿਖਦੇ ਨੇ ਕਹਿੰਦੇ ਹੱਸੇ ਤੇ ਗਲ ਲਾਇਆ ਪਿਆਰਾ ਪਹਿਲਾਂ ਖਿੜ ਖੜਾ ਕੇ ਹੱਸੇ ਫਿਰ ਕਨਈਏ ਜੀ ਨੂੰ ਕੁੱਟ ਕੇ ਜੱਫੀ ਦੇ ਵਿੱਚ ਲਿਆ ਗਲਮਕੜੀ ਪਾਈ ਕੁੱਟ ਕੇ ਪਾਤਸ਼ਾਹ ਜੀ ਕਹਿੰਦੇ ਹੱਸੇ ਤੇ ਗਲ ਲਾਇਆ ਪਿਆਰਾ ਦੱਬੀ ਹੱਥ ਪੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ ਪਾਤਸ਼ਾਹ ਜੀ ਕਹਿੰਦੇ ਅੱਜ ਤੋਂ ਬਾਅਦ ਕੋਲ ਪਾਣੀ ਨਹੀਂ ਲੈ ਕੇ ਜਾਇਆ ਕਰਨਾ ਅੱਜ ਤੋਂ ਬਾਅਦ ਮਲਮ ਦੀ ਡੱਬੀ ਵੀ ਨਾਲ ਲੈ ਕੇ ਜਾਇਆ ਕਰਨਾ ਜਦੋਂ ਕਿਸੇ ਨੂੰ ਜ਼ਖਮ ਹੋ ਜੇ ਨਾ ਤੇ ਪਾਣੀ ਪਿਆ ਕੇ ਜ਼ਖਮ ਤੇ ਮਲਮ ਵੀ ਲਾਉਣੀ ਹੈ ਆ ਕੋ ਸਤਨਾਮ ਸ੍ਰੀ ਤੇ ਪੈਣੋ ਸੱਚ ਬੋਲਿਆ ਜੇ ਅੱਜ ਦੁਨੀਆ ਵਿੱਚ ਲੂਣ ਲਾਉਣ ਵਾਲੇ ਜਾਦੇ ਆ ਮਲਮ ਮਲੇ ਲੱਭਦੀ ਨਹੀਂ ਪਏ ਬੋਲੋ ਸੱਚ ਹੈ ਤੁਸੀਂ ਆਮ ਕਰਕੇ ਦੇਖ ਲਓ ਦੁਨੀਆ ਦੇ ਵਿੱਚ ਮੈਂ ਵੇਖਦਾ ਪਿਆ ਮਾ ਅੱਜ ਦੇ ਸਮੇਂ ਦੇ ਅੰਦਰ ਜਖਮ ਤੇ ਬੜੇ ਪਿਆਰ ਨਾਲ ਲੂਣ ਲਾਉਣ ਵਾਲੇ ਤੇ ਹੈ ਹੈਨਾ ਮਲਮ ਵਾਲੇ ਬੜੇ ਘਟ ਮਿਲਦੇ ਪਏ ਨੇ ਜਿਹੜੇ ਸੱਚੀ ਮੁੱਚੀ ਤੁਹਾਡੇ ਜਖਮਾਂ ਤੇ ਮਲਮ ਲਾ ਸਕਣ ਮਲਮ ਕੱਲਾ ਕੋਈ ਇਹ ਥੋੜਾ ਵੀ ਲੱਤ ਤੇ ਫਟ ਹੋ ਗਿਆ ਤੇ ਇੱਥੇ ਮਲਮ ਲਾਉਣੀ ਹੈ ਮਲਮ ਵਿਚਾਰਾਂ ਨਾਲ ਵੀ ਲੱਗਦੀ ਹੈ ਬੋਲੋ ਵਿਚਾਰਾਂ ਨਾਲ ਵੀ ਮਲਮ ਲੱਗਦੀ ਹੈ ਕੋਈ ਬੰਦਾ ਦੁਖੀ ਹੈ ਤੇ ਤੁਸੀਂ ਉਹਨੂੰ ਬੜੇ ਪਿਆਰ ਨਾਲ ਪੁੱਛਦੇ ਹੋ ਵੀ ਭਾਈ ਸਾਹਿਬ ਗੱਲ ਕੀ ਹੋਈ ਮੈਨੂੰ ਦੱਸੋ ਨਾ ਆਪਾਂ ਦਿਲ ਦੀਆਂ ਗੱਲਾਂ ਕਰੀਏ ਮੈਂ ਤੁਹਾਡਾ ਵੱਡਾ ਭਰਾਵਾਂ ਜਾਂ ਤੁਹਾਡਾ ਛੋਟਾ ਭਰਾਵਾਂ ਆਪਾਂ ਮਾਮਲਾ ਹੱਲ ਕਰੀਏ ਦੇਖੋ ਆਮ ਕਰਕੇ ਕਈਆਂ ਦੇ ਹੁੰਦਾ ਪਰਿਵਾਰਕ ਰਿਲੇਸ਼ਨ ਦਾ ਮਾਮਲਾ ਹੁੰਦਾ ਹੈ ਹੋ ਸਕਦਾ ਤੁਹਾਡੇ ਬਹਿਣ ਨਾਲ ਅਗਲੇ ਦਾ ਘਰ ਬਸ ਜਾਵੇ ਇਦੋਂ ਵੱਡੀ ਮਲਮ ਕੀ ਹੋ ਸਕਦੀ ਬੋਲੋ ਇਦੋਂ ਵੱਡੀ ਮਲਮ ਕੀ ਹੋ ਸਕਦੀ ਹੈ ਮਲਮ ਕੱਲੀਏ ਥੋੜਾ ਹੁੰਦੀ ਹੈ ਵੀ ਤੁਸੀਂ ਮੈਡੀਕਲ ਸਟੋਰ ਤੋਂ ਕੋਈ ਮਲਮ ਲਈ ਤੇ ਕਿਸੇ ਦੇ ਜ਼ਖਮ ਤੇ ਲਾਤੀ ਮਲਮ ਤੇ ਭਾਈ ਜ਼ੁਬਾਨ ਦੇ ਬੋਲਾਂ ਨਾਲ ਵੀ ਲੱਗਦੀ ਹੈ ਬੋਲੋ ਸੱਚ ਹੈ ਜ਼ੁਬਾਨ ਦੇ ਬੋਲਾਂ ਨਾਲ ਵੀ ਮਲਮ ਲੱਗਦੀ ਹੈ ਕੋਈ ਬੰਦਾ ਦੁਖੀ ਹੈ ਤੁਹਾਡੇ ਦੋ ਬੋਲ ਦੇਖੋ ਆਪਾਂ ਦੋ ਬੋਲ ਹੀ ਹਨਾ ਕੋਈ ਬੰਦਾ ਬੋਲਦਾ ਤੇ ਆਪਾਂ ਕਹਿੰਨੇ ਆ ਉਹਦੇ ਦੋ ਬੋਲ ਸੁਣੇ ਮੈਨੂੰ ਠੰਡ ਹੀ ਪੈ ਗਈ ਕੀ ਕਹਿੰਨੇ ਆ ਦੋ ਬੋਲ ਸੁਣੇ ਮੈਨੂੰ ਗੱਜ ਕੇ ਬੋਲ ਰਹਾ ਮੈਨੂੰ ਠੰਡ ਹੀ ਪੈ ਗਈ ਤੇ ਕਈ ਵਾਰੀ ਕਹਿੰਨੇ ਉਹਨੇ ਦੋ ਗੱਲਾਂ ਕੀਤੀਆਂ ਮੇਰਾ ਅੰਦਰ ਹੀ ਸਾੜਦਾ ਫਰਕ ਪੈ ਗਿਆ ਨਾ ਹੈ ਤੇ ਤੂੰ ਬੋਲੀ ਹੈ ਇੱਕ ਦੋ ਬੋਲ ਨੇ ਜਿਹੜੇ ਠੰਡ ਪਾ ਰਹੇ ਨੇ ਇੱਕ ਦੋ ਬੋਲ ਨੇ ਜਿਹੜਾ ਅੰਦਰ ਹੀ ਸਾੜਦੇ ਪਏ ਨੇ ਤੇ ਫਿਰ ਬੋਲਿਓ ਬੋਲੋ ਜਿਹੜੇ ਠੰਡ ਪਾਉਣ ਬੋਲੋ ਆ ਕੋ ਸਤਨਾਮ ਸ੍ਰੀ ਹਾਂ ਦੋ ਬੋਲ ਨੇ ਦੋ ਬੋਲ ਚਲੋ ਇੱਕ ਗੱਲ ਦੱਸੋ ਮੈਨੂੰ ਆਮ ਕਰਕੇ ਕੋਈ ਮੇਰੇ ਵਰਗਾ ਭੱਦਾ ਜਿਆ ਬੋਲਦਾ ਹੋਵੇ ਲੋਕੀ ਕਹਿੰਦੇ ਕੀ ਕਾਮਾ ਰੋਲੀ ਪਾਈ ਹੈ ਆਮ ਕਰਕੇ ਕਹਿ ਦਿੰਦੇ ਆ ਨਾ ਤੇ ਜੇ ਕੋ ਭਾਈ ਗਗਨਦੀਪ ਸਿੰਘ ਵਾਂਗੂ ਬੜਾ ਸੁਰੀਲਾ ਗਾਉਂਦਾ ਹੋਵੇ ਤੇ ਲੋਕੀ ਫਿਰ ਕੀ ਕਹਿੰਦੇ ਆ ਕਹਿੰਦੇ ਆਵਾਜ਼ ਮਿੱਠੀ ਕੋਇਲ ਵਰਗੀ ਕਹਿੰਦੇ ਆ ਨਾ ਹਨਾ ਹੁਣ ਕੋਇਲ ਤੁਹਾਨੂੰ ਦਿੰਦੀ ਨਹੀਂ ਤੇ ਕਾਂ ਤੋਂ ਹੱਥੋਂ ਕੁਝ ਲੈਂਦਾ ਨਹੀਂ ਕੋਇਲ ਤੁਹਾਨੂੰ ਕੁਝ ਦਿੰਦੀ ਤੇ ਨਹੀਂ ਨਾ ਤੇ ਕਾਂ ਤੋਂ ਹੱਥੋਂ ਕੁਝ ਲੈਂਦਾ ਨਹੀਂ ਬੋਲੀ ਹੈ ਨਾ ਦੋ ਬੋਲ ਹੀ ਹੈ ਨਾ ਉਹਦੇ ਬੋਲ ਮਿੱਠੇ ਜਦੋਂ ਕੰਨ ਦੇ ਵਿੱਚ ਪੈਂਦੇ ਆ ਬੰਦਾ ਕਹਿੰਦਾ ਵਾਹ ਭਾਈ ਵਨ ਆਂਦੀ ਆ ਗਿਆ ਹੈ ਬੋਲ ਨੇ ਨਾ ਇਸ ਕਰਕੇ ਜੇ ਕਿਸੇ ਨੂੰ ਕੁਝ ਨਹੀਂ ਨਾ ਦੇ ਸਕਦੇ ਘੱਟੋ ਘੱਟ ਦਿਲਾਸੇ ਦੇ ਦੋ ਬੋਲ ਦੇ ਦਿਆ ਕਰੋ ਭਾਈ ਬੇਨਤੀ ਜੇ ਮੇਰੀ ਦਿਲਾਸੇ ਦੇ ਦੋ ਬੋਲ ਤੇ ਤੁਹਾਡੇ ਦੋ ਬੋਲ ਕਿਸੇ ਦੇ ਜ਼ਖਮਾਂ ਤੇ ਮਲਮ ਦਾ ਕੰਮ ਕਰਨਗੇ ਯਾਨੀ ਮਾਨਸਿਕ ਝੌਰ ਹੋਏ ਨੇ ਮੇਰੀ ਕੌਮ ਦੇ ਵਿਦਮਾਨ ਪਤਾ ਨਹੀਂ ਲੱਗਾ ਉਹਨਾਂ ਦਾ ਪੈਂਜਿਆਰਾਂ ਦੇ ਇਲਾਕੇ ਦੇ ਵਿੱਚ ਪੈ ਜਾਂਦਾ ਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਕੀ ਹੋਇਆ ਉਹਨਾਂ ਦੇ ਪਰਿਵਾਰ ਨੂੰ ਵੀ ਨਹੀਂ ਅਜੇ ਤੱਕ ਪਤਾ ਇਸ ਗੱਲ ਦਾ ਵੀ ਕਾਰਨ ਕੀ ਬਣਿਆ ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਸੀ ਉਹ ਕਹਿੰਦੇ ਆਓ ਬੈਠੋ ਪੀਓ ਪਾਣੀ ਮਹਿਮਾਨ ਨਿਵਾਜ਼ੀ ਹੈ ਨਾ ਆਓ ਆਓ ਜੀ ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਜੀ ਆਇਆਂ ਨੂੰ ਕੀ ਕਹਨੇ ਆ ਜੀ ਪਰ ਅੱਜਕੱਲ ਮਾਹੌਲ ਹੀ ਹੋਰ ਬਣ ਗਿਆ ਕਿਸੇ ਦੇ ਘਰ ਕੋ ਚਲਾ ਜਾਵੇ ਤੇ ਕਹਿੰਦੇ ਸਾਡੇ ਬੱਚੇ ਵੀ ਅਨਕੰਫਰਟ ਮਹਿਸੂਸ ਕਰਦੇ ਨੇ ਬੱਚੇ ਨੇ ਕਿ ਕੀ ਨੇ ਸਮਝ ਨਹੀਂ ਆਈ ਬੱਚਿਆਂ ਨੂੰ ਸਿਖਾਇਆ ਹੀ ਕੁਛ ਨਹੀਂ ਜੇ ਕੋਈ ਚਾਰ ਰਿਸ਼ਤੇਦਾਰ ਆ ਕੇ ਸਾਡੇ ਬੱਚੇ ਅਨਕੰਫਰਟ ਮਹਿਸੂਸ ਕਰਦੇ ਨੇ ਇਹ ਕੀ ਮਤਲਬ ਹੋ ਗਿਆ ਭਾਈ ਹੈ ਨਹੀਂ ਇੰਦ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਚਾ ਚੜਨਾ ਚਾਹੀਦਾ ਵੀ ਸਾਡੇ ਘਰ ਕੋਈ ਚਾਰ ਜੀ ਆਏ ਨੇ ਅਕੂ ਸਤਨਾਮ ਸ੍ਰੀ ਇਹ ਕੋ ਕਾਰਜ ਵਿਆਪਕ ਕੀ ਕਹਿੰਦੇ ਆ ਜੀ ਆਇਆਂ ਨੂੰ ਕੀ ਕਹਿੰਦੇ ਆ ਉਹ ਗੱਜ ਕੇ ਬੋਲੋ ਮੜਾ ਜੀ ਜੀ ਆਇਆਂ ਨੂੰ ਫਿਰ ਆਪਾਂ ਦਵਾ-ਦਵਕੀ ਕਹਿੰਨੇ ਬੈਠੋ ਜੀ ਤੇ ਤੀਜਾ ਸ਼ਬਦ ਕੀ ਹੁੰਦਾ ਜਲ ਛਕੋ ਜੀ ਤੇ ਗਿਆਨੀ ਮਾਨ ਸਿੰਘ ਝੌਰ ਲਿਖਦੇ ਨੇ ਕਹਿੰਦੇ ਆਓ ਬੈਠੋ ਪੀਓ ਪਾਣੀ ਇਹ ਤਿੰਨੇ ਗੱਲਾਂ ਮੁੱਲ ਨਾ ਆਣੀ ਕਹਿੰਦੇ ਤਿੰਨੇ ਗੱਲਾਂ ਮੁੱਲ ਨਹੀਂ ਲੈਂਦੀਆਂ ਪਰ ਜਿਹਦੇ ਨਾਲ ਤਿੰਨ ਗੱਲਾਂ ਪਿਆਰ ਦੇ ਵਿੱਚ ਤੁਸੀਂ ਕਰ ਦਿੰਦੇ ਹੋ ਉਹ ਬੰਦਾ ਤੁਹਾਡਾ ਮੁੱਲ ਵਿਕ ਜਾਂਦਾ ਆਕੋ ਸਤਨਾਮ ਸ੍ਰੀ ਤੁਹਾਡੇ ਬੋਲਾਂ ਤੋਂ ਕਾਇਲ ਹੋ ਜਾਂਦਾ ਤੁਹਾਡੇ ਬੋਲਾਂ ਤੋਂ ਵਿਕ ਜਾਂਦਾ ਇਸ ਕਰਕੇ ਤੁਹਾਡੇ ਬੋਲ ਮਲਮ ਦਾ ਕੰਮ ਕਰਦੇ ਨੇ ਕਿੰਨਾ ਚੰਗਾ ਹੋਵੇ ਇਹ ਲਾਇਆ ਕਰੋ ਪਰ ਅੱਜ ਤੇ ਮਾਹੌਲ ਹੀ ਹੋਰ ਬਣ ਗਿਆ ਕਿਸੇ ਦੇ ਘਰ ਡੈਥ ਹੋਈ ਹੋਵੇ ਨਾ ਕਿਸੇ ਦੇ ਘਰ ਪੈਣੋ ਮੌਤ ਦਾ ਨਾਮ ਲੈਣ ਤੋਂ ਵੀ ਲੋਕਾਂ ਨੂੰ ਡਰ ਲੱਗਦਾ ਹੈ ਪਤਾ ਨਹੀਂ ਕੀ ਕਾਰਨ ਹੈ ਜਿੰਨਾ ਮਰਜ਼ੀ ਨਾਂ ਤੋਂ ਵੀ ਹੋ ਜੋ ਜੋ ਮਰਜ਼ੀ ਕਰ ਲੋਏ ਤੇ ਆਉਣੀ ਹੈ اٹਲ ਸਚਾਈ ਹੈ ਹੈਨਾ ਕਿਸੇ ਦੇ ਘਰ ਡੈਥ ਹੋ ਜਵੇ ਮੌਤ ਹੋ ਜਵੇ ਤੇ ਇੱਕ ਛੋਟਾ ਜਿਹਾ ਚੀਜ਼ ਵੈਸੇ ਤੁਸੀਂ ਮਹਿਸੂਸ ਕਰਿਆ ਜੇ ਵੈਸੇ ਤੇ ਚਲੋ ਪਰਿਵਾਰ ਸਾਰਾ ਉਹੋ ਜਿਹੇ ਸਦਮੇ ਦੇ ਵਿੱਚ ਹੁੰਦਾ ਹੈ ਤੇ ਮੈਂ ਕਈ ਵਾਰੀ ਵੇਖਦਾ ਮਾਂ ਦਲਾਸਾ ਦੇਣ ਨਹੀਂ ਲੋਕੀ ਜਾਂਦੇ ਐਨ ਅੰਦਰਲੇ ਜ਼ਖਮਾਂ ਨੂੰ ਛੱਲਣ ਜਾਂਦੇ ਆ ਨਹੀਂ ਸਮਝੇ ਉਦਾਹਰਣ ਦੇਣਾ ਮਾ ਜੀ ਮੰਨ ਲਓ ਕਿਸੇ ਮਾਂ ਦਾ ਪੁੱਤ ਗੁਜ਼ਰ ਗਿਆ ਮਾਂ ਦਾ ਪੁੱਤ ਗੁਜ਼ਰ ਗਿਆ ਦਿਨਾਂ ਤੇ ਉੱਥੇ ਦਲਾਸਾ ਸੀ ਵੀ ਮਾਂ ਰੱਬ ਦਾ ਹੁਕਮ ਹੈ ਰੱਬ ਦਾ ਭਾਣਾ ਹੈ ਤੇ ਰੱਬੀ ਭਾਣੇ ਨੂੰ ਸਬਕਾਰ ਕਰਨਾ ਪੈਣਾ ਹੈ ਉੱਤੇ ਸਾਡੀਆਂ ਬੀਬੀਆਂ ਗਲ ਲਾ ਕੇ ਰੋ ਕੇ ਪਤਾ ਕੀ ਕਹਿੰਦੀਆਂ ਹਾਏ ਮਾਤਾ ਆਹ ਦਿਨ ਵੇਖਣ ਨੂੰ ਬੈਠੀ ਸੀ ਤੂੰ ਲੈ ਦੱਸ ਮਾਤਾ ਚਾਹੁੰਦੀ ਸੀ ਵੀ ਮੇਰਾ ਪੁੱਤ ਜਾਵੇ ਦਿਲਾਸਾ ਤੇ ਕਈ ਵਾਰੀ ਮੈਂ ਦੇਖਦਾ ਮਾਂ ਜਿਹੜਾ ਭੋਗ ਵਾਲੇ ਦਿਨ ਜਿੰਨੀ ਲੇਟ ਆਇਆ ਹੋਵੇ ਨਾ ਉਨੀ ਉੱਚੀ ਸਾਰੀ ਚੀਕ ਮਾਰਦਾ ਜਿੰਨੀ ਲੇਟ ਆਇਆ ਹੋਵੇ ਫਿਰ ਮੈਂ ਤੇ ਦਿਵਾਨਤੀ ਕਹਿ ਦਿੰਦਾ ਖੁੰਨਾ ਮੈਂ ਕਹਾਂ ਭਾਈ ਆ ਲੇਟ ਕੱਢਦਾ ਹਾਂ ਲੇਟ ਕੱਢਦੇ ਆ ਜਿੰਨੀ ਲੇਟ ਆਇਆ ਹੋਵੇ ਨਾ ਉੱਚੀ ਸਾਰੀ ਚੀਕ ਮਾਰਦਾ ਵੀ ਮੇਰੀ ਹਾਤਰੀ ਲੱਗ ਜਾ ਬੀਬੀ ਭਾਈ ਮੈਂ ਪਹੁੰਚ ਗਿਆ ਮਾ ਇੱਕ ਆਦਾ ਦਿਲਾਸਾ ਹੋਇਆ ਇਹ ਦਿਲਾਸਾ ਨਹੀਂ ਹੈ ਦਿਲਾਸਾ ਹੁੰਦਾ ਐਸੇ ਸਮੇਂ ਦੇ ਉੱਪਰ ਇਹ ਗੱਲ ਕਹਿਣੀ ਵੀ ਰੱਬੀ ਹੁਕਮ ਹੈ ਕੀ ਹੈ ਜੀ ਰੱਬੀ ਹੁਕਮ ਹੈ ਭਾਈ ਇਹਨੂੰ ਕਬੂਲ ਕਰਨਾ ਪੈਣਾ ਆਪਾਂ ਨੂੰ ਔਰ ਇਹ ਸਰੀਰਕ ਵਿਛੋੜੇ ਤੇ ਪੈਣੇ ਨੇ ਗੁਰਬਾਣੀ ਦੀਆਂ ਤੁਕਾਂ ਪੜੋ ਗੁਰਬਾਣੀ ਦੇ ਵਿੱਚ ਲਿਖਿਆ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਦੁਨੀਆ ਨੂੰ ਸਮਝਾਓ ਦਿਲਾਸਾ ਦਿਓ ਇਹ ਕੰਮ ਕਰਨ ਵਾਲਾ ਹੁੰਦਾ ਹੈ ਪਰ ਅਸੀਂ ਬੇਵ ਕੁਫੀਆਂ ਜਾਦੀਆਂ ਕਰਦੇ ਆ ਅਸੀਂ ਮਲਮ ਘੱਟ ਲਾ ਰਹੇ ਆ ਤੇ ਜ਼ਖਮਾਂ ਤੇ ਲੂਣ ਜ਼ਿਆਦਾ ਪਾ ਰਹੇ ਆ ਗੁਰੂ ਕਰੇ ਕਿਰਪਾ ਸਾਨੂੰ ਇਹ ਸੋਝੀ ਆ ਜਾਵੇ ਕਿ ਜ਼ਖਮਾਂ ਤੇ ਕਿਸੇ ਦੀ ਆਵਾਜ਼ ਲੂਣ ਦੀ ਆਈ ਹੈ ਇਹਦੇ ਨਾਲ ਨਾ ਕੀ ਕਰੂ ਮੈਂ ਕਿਹਾ ਵੀ ਆਪਾਂ ਨੂੰ ਵੀ ਸਤਗੁਰੂ ਕਿਰਪਾ ਕਰੇ ਜਾਚ ਆ ਜਾਵੇ ਕਿਸੇ ਦੇ ਜ਼ਖਮਾਂ ਤੇ ਉਹ ਪਤਾ ਨਹੀਂ ਰਟ ਗਿਆ ਕਿਸੇ ਨੂੰ ਕਹਿੰਦੇ ਲੂਣ ਨਹੀਂ ਮਲਮ ਕਹਿਣਾ ਭਾਈ ਹਾਂ ਦੁਬਾਰਾ ਫੇਰ ਯਾਦ ਕਰ ਲੋ ਕਿਤੇ ਕੱਲ ਨੂੰ ਨਵਾਂ ਪ੍ਰਚਾਰ ਛੇੜਦੇ ਵੀ ਮਖੂ ਕਹਿ ਕੇ ਗਿਆ ਸੀ ਵੀ ਕਿਸੇ ਦੇ जख्मਾਂ ਤੇ ਲੂਣ ਹੈ ਨਾ ਗਾਹਾਂ ਮੇਰਾ ਔਣਾ ਔਖਾ ਕਰ ਦਿਓ ਇੰਜ ਨਾ ਹੋਵੇ ਇਸ ਕਰਕੇ ਪੂਰਾ ਇੱਕ ਮਾਹੌਲ ਦੇ ਵਿੱਚ ਆਪਾਂ ਆਨੰਦ ਵਿੱਚ ਬੈਠੇ ਆਂ ਖਸ ਖੇਡ ਕੇ ਬਾਪੂ ਦੀਆਂ ਗੱਲਾਂ ਕਰਨੀਆਂ ਨੇ ਕਿਉਂ ਅਸੀਂ ਰੋ ਰੋ ਕੇ ਕਰੀਏ ਭਾਈ ਇੱਕ ਦਿਨ ਕਬੀਰ ਮੈਨੂੰ ਕਹਿੰਦਾ ਜੀ ਜਦੋਂ ਅਵਸਥਾ ਬਣਦੀ ਹੈ ਪਹਿਲੀ ਬਾਰੀ ਵੈਗਰੂ ਕਹੀਏ ਕਹਿੰਦਾ ਚਿਹਰੇ ਤੋਂ ਹਾਸਾ ਗਾਇਬ ਹੋ ਜਾਂਦਾ ਹੈ ਦੂਜੀ ਬਾਰੀ ਕਹੀਏ ਕਹਿੰਦਾ ਮਨ ਉਦਾਸੀ ਦੇ ਆਲਮ ਵਿੱਚ ਚਲਾ ਜਾਂਦਾ ਹੈ ਤੀਜੀ ਬਾਰੀ ਵੈਗਰੂ ਕਹੀਏ ਅੱਖਾਂ ਚੋਂ ਪਾਣੀ ਵਗਦਾ ਮੈਂ ਕਹਿੰਨੇ ਤੂੰ ਰੋ ਮੈਥੋਂ ਨਹੀਂ ਰੋਇਆ ਜਾਂਦਾ ਮੈਂ ਤੇ ਹੱਸ ਹੱਸ ਕੇ ਬਾਪੂ ਦੀ ਗੱਲ ਕਰਾਂਗਾ ਕਿਉਂ ਕਰੀਏ ਜਦੋਂ ਸਹਿਬਜ਼ਾਦੀਆਂ ਦੀ ਆਪਾਂ ਗੱਲ ਕਰਦੇ ਆਂ ਦੁਨੀਆ ਸਹਿਬਜ਼ਾਦੀਆਂ ਦੀ ਗੱਲ ਕਰਦੀ ਰੋਂਦੀ ਹੈ ਪਰ ਮੈਂ ਕਹਿੰਦਾ ਉੱਥੇ ਪ੍ਰਾਊਡ ਫੀਲ ਕਰਿਆ ਕਰੋ ਪ੍ਰਾਊਡ ਫੀਲ ਕਰੋ ਵੀ 7 ਤੇ 9 ਸਾਲ ਦੇ ਸਹਿਬਜ਼ਾਦੀਆਂ ਨੇ ਏਡੀ ਵੱਡੀ ਕਚਹਿਰੀ ਦੇ ਅੰਦਰ ਆਪਣੇ ਸਰੀਰ ਦਾ ਠਿਕਰਾ ਹਕੂਮਤਾਂ ਦੇ ਸਿਰ ਤੇ ਭੰਨ ਦਿੱਤਾ ਪਰ ਲੱਤ ਖੇਠੋਂ ਲੰਘਣਾ ਪ੍ਰਮਾਣ ਨਹੀਂ ਸੀ ਕੀਤਾ ਇਹਨੂੰ ਪ੍ਰਾਊਡ ਵਿੱਚ ਲੈ ਕੇ ਜਾਓ ਹਰ ਗੱਲ ਨੂੰ ਰੋ ਰੋ ਕੇ ਰੋ ਰੋ ਕੇ ਕੀ ਹੈ ਹਾਂ ਕਿਸੇ ਵੇਲੇ ਮਨ ਉਸ ਅਵਸਥਾ ਵਿੱਚ ਚਲਾ ਜਾਂਦਾ ਹੈ ਅੱਖਾਂ ਚੋਂ ਹੰਝੂ ਆ ਵੀ ਜਾਂਦਾ ਹੈ ਨੇਚਰਲ ਪ੍ਰੋਸੈਸ ਹੈ ਹੁਣ ਦਿਓ ਪਰ ਇਹ ਥੋੜੋ ਵੀ ਖਰਬੜੇ ਐਵੇਂ ਆਖੀ ਜੋ ਵੀ ਹੱਸਣਾ ਹੀ ਨਹੀਂ ਚਿਹਰੇ ਤੇ ਇਹ ਕਾਦੀ ਪਛਾਣ ਕੋਈ ਨਹੀਂ ਗੁਰੂ ਕਰੇ ਕਿਰਪਾ ਸਾਡੇ ਚਿਹਰਿਆਂ ਤੇ ਰੌਣਕਾਂ ਹੋਣ ਅੰਦਰ ਸਾਡੇ ਸ਼ਬਦ ਹੋਵੇ ਹੱਸਦਾ ਸਾਡਾ ਚਿਹਰਾ ਹੋਵੇ ਨਾਨਕ ਭਗਤਾ ਸਦਾ ਵਿਗਾਸ ਉਹ ਅਵਸਥਾ ਸਾਡੀ ਬਣ ਜਾਵੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਮੈਨੂੰ ਲੱਗਦਾ ਵੀ ਸਮਾਂ ਥੋੜਾ ਜਿਹਾ ਮੈਂ ਵੱਧ ਲੈ ਗਿਆ ਮੈਂ ਤੇ ਦੋਵੇਂ ਖੱਤ ਜੋੜ ਕੇ ਸਾਰੀ ਸੰਗਤ ਦੇ ਕੋਲੋਂ ਖਿਮਾ ਦਾ ਜਾਚ ਕੋ ਜਾਮਾ ਬੜੀ ਤੁਸੀਂ ਇਕਾਗਰਤਾ ਪ੍ਰਦਾਨ ਕੀਤੀ ਹੈ ਮੇਰੀਆਂ ਭੈਣਾਂ ਨੇ ਵੀ ਮੇਰੇ ਅਮੀਰਾਂ ਨੇ ਵੀ ਬਸ ਇਸੇ ਇਕਾਗਰਤਾ ਦੇ ਵਿੱਚ ਹੁਣ ਆਪਾਂ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਜਿਨ੍ਹਾਂ ਦੀ ਰਚਨਾ ਤੋਂ ਬੜੇ ਪਿਆਰ ਦੇ ਸਹਿਤ ਗੁਰਬਾਣੀ ਦੇ ਸ਼ਬਦ ਸ਼੍ਰਵਣ ਕਰਨੇ ਨੇ ਮੇਰੇ ਤੋਂ ਪਹਿਲਾਂ ਲੱਗੇ ਸਤਿਕਾਰਯੋਗ ਵੀਰਾਂ ਨੇ ਵੀ ਅਰਬੀ ਬਾਣੀ ਸ਼੍ਰਵਣ ਕਰਾਈ ਬੜੇ ਪਿਆਰ ਦੇ ਵਿੱਚ ਉਹਨਾਂ ਨੇ ਗੁਰਬਾਣੀ ਦੇ ਸ਼ਬਦ ਗਾਏ ਸਤਿਕਾਰਯੋਗ ਸਾਡੇ ਭੈਣ ਜੀ ਬੜੇ ਪਿਆਰ ਨਾਲ ਸਟੇਜ ਦਾ ਪੂਰਾ ਸੰਚਾਲਨ ਕਰਦੇ ਪਏ ਨੇ ਸਾਡੇ ਵੀਰ ਕੁਲੂ ਵੀਰ ਜੀ ਖੋਰੀ ਤੇ ਸਾਰੀ ਸਾਥ ਸੰਗਤ ਜਿਨ੍ਹਾਂ ਨੇ ਬੜੀ ਇਕਾਗਰਤਾ ਔਰ ਐਸੇ ਸਮਾਗਮ ਨੂੰ ਉਲੀਕਿਆ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਮੈਂ ਅੱਗੇ ਵੀ ਰਾਏਪੁਰ ਆਇਆ ਮਾਂ ਕਈ ਵਾਰ ਆਇਆ ਮਾਂ ਵੱਖਰੀ ਗੱਲ ਹੈ ਕਿ ਇਸ ਸਟੇਜ ਦੇ ਉੱਪਰ ਨਹੀਂ ਆਇਆ ਪਰ ਮੈਂ ਦੇਖਦਾ ਵੀ ਰਾਏਪੁਰ ਸੰਗਤ ਬਹੁਤ ਆਉਂਦੀ ਹੁੰਦੀ ਹੈ ਇਹ ਪਤਾ ਨਹੀਂ ਕੀ ਕਾਰਨ ਬਣ ਗਿਆ ਕੋ ਬਰਸਾਤ ਨੇ ਤੂੰ ਥੋੜਾ ਜਿਹਾ ਰੋਕ ਦਿੱਤਾ ਹੈ ਕੀ ਕਾਰਨ ਬਣਿਆ ਮੇਰੀ ਸਮਝ ਤੋਂ ਬਾਹਰ ਹੈ ਪਰ ਲੱਗਦਾ ਹੈ ਵੀ ਜਿੰਨੇ ਵੀ ਤੁਸੀਂ ਬੈਠੇ ਹੋ ਇਕਾਗਰਤਾ ਤੁਹਾਡੀ ਬੜੀ ਬਾ ਕਮਾਲ ਹੈ ਗੁਰੂ ਕਰਨ ਕਿਰਪਾ ਗੱਜ ਕੇ ਬਲਾਓ ਫਤਿਹ ਕੋ ਰਸਨਾ ਬਾਂਗੀ ਨਾ ਰਵੇ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ